ਲੱਗੀ ਆ ਧਰਮ ਸਿੰਘ ਮੈਂਬਰ ਵੱਲੋਂ 100 ਰੁਪਇਆ ਉਸ ਦੀ ਸਹਾਇਤਾ ਕੀਤੀ ਜਾਂਦੀ ਆ। ਜਿਸ ਖਿਡਾਰੀ ਦੇ ਸੱਟ ਲੱਗੀ ਆ ਧਰਮ ਸਿੰਘ ਮੈਂਬਰ ਵੱਲੋਂ 100 ਰੁਪਇਆ। ਸੌ ਰੁਪਇਆ ਗੋਰਾ ਸਿੰਘ ਬਿਜਲੀ ਬੋਰਡ ਵੱਲੋਂ ਉਸ ਖਿਡਾਰੀ ਦੀ ਸਹਾਇਤਾ ਕੀਤੀ ਜਾਂਦੀ ਆ ਜਿਸ ਦੇ ਸੱਟ ਲੱਗੀ ਹੈ। ਸਾਢੇ ਦਸ ਤੇ 11 ਪੁਆਇੰਟ ਜੀ, ਸਾਢੇ ਦਸ ਤੇ 11 ਪੁਆਇੰਟ ਹੈ। ਨਾਲ ਹੀ ਜਿਹੜੇ ਪਲੇਅਰ ਦੇ ਸੱਟ ਲੱਗੀ ਹੈ, ਜਿਹੜੇ ਸਾਡੇ ਵੀਰਾਂ ਨੇ ਸਹਿਯੋਗ ਦਿੱਤਾ ਹੈ, ਸਾਰੇ ਸੱਜਣਾਂ ਦਾ ਧੰਨਵਾਦ ਹੈ। ਨਾਲ ਹੀ ਉਸਦੇ ਸਾਥੀ ਖਿਡਾਰੀ ਜਿਹੜੇ ਚੱਕਰ ਲਾਉਣਗੇ ਗਰਾਊਂਡ ਦਾ, ਜਿਸ ਵੀ ਵੀਰ ਨੇ ਮਦਦ ਕਰਨੀ ਹੋਵੇ ਤੁਸੀਂ ਕਰ ਸਕਦੇ ਹੋ। ਲਓ ਪਹਿਲੀ ਕਬੱਡੀ ਚਾਦਰ ਅਵੇਆਂ ਦੀ ਟੀਮ ਦੇ ਵੱਲੋਂ ਬਾਬੇ ਫਰੀਦ ਦੀ ਧਰਤੀ ਦਾ, ਜਿਹੜੇ ਫਰੀਦਕੋਟ ਦਾ ਭਾਣਾ ਪਿੰਡ ਹੈ। ਸੇਵਕ ਸਿੰਘ ਇਸ ਸਮੇਂ ਵੇਖਦੇ ਵੀ ਪਹਿਲਾਂ 1.5 ਪੁਆਇੰਟ ਜਿਹੜਾ ਭਾਣੇ ਵਾਲਾ ਨੌਜਵਾਨ ਚੰਦਰਵੇ ਦੀ ਟੀਮ ਦੇ ਲਈ ਜੋੜਦਾ ਹੋਇਆ ਹੈ। 50 ਰੁਪਈਏ ਜਿਸ ਖਿਡਾਰੀ ਦੇ ਸੱਟ ਲੱਗੀ ਸੀ, ਹੋਰ ਗੁਪਦਾਨ ਆਇਆ ਸਾਡੇ ਕੋਲੇ। ਜਗਮੋਹਨ ਸਿੰਘ ਜੀ ਸਾਡੇ ਵੀਰ ਇੱਧਰ, ਜਿਹੜਾ ਗਿਆਨੀ ਹੈ ਨੌਜਵਾਨ ਇੰਦਗੜ੍ਹ ਵਾਲਾ, ਜਿੰਨੇ ਵੀ ਜੱਫੇ ਲਾਵੇਗਾ ਹਰ ਇੱਕ ਜੱਫੇ ਤੇ 50 ਰੁਪਏ ਹੋਣਗੇ ਜੀ। 100 ਰੁਪਇਆ ਸਾਡੇ ਵੀਰ ਜਗਮੋਹਨ ਸਿੰਘ ਜੀ ਇਹਨਾਂ ਵੱਲੋਂ ਹਰ ਇੱਕ ਜੱਫੇ ਦਾ 100 ਰੁਪਇਆ ਹੋਵੇਗਾ। ਇੱਧਰ ਗੱਜਣ ਵਾਲੀ ਐਲੀ, ਇਹ ਵੀ ਗਰਾਊਂਡ ਦੇ ਚੱਕਰ ਲਾਵੇਗਾ, ਤੁਸੀਂ ਇਹਨੂੰ ਵੀ ਮਾਣ ਪਿਆਰ ਬਖਸ਼ਣਾ ਹੈ। ਚੱਲ ਵੀ ਨੌਜਵਾਨਾਂ ਜੱਸੀ ਵੇਖਦੇ ਵੀ ਚਾਂਦਰਾਵਿਆਂ ਵਾਲਾ ਕਬੱਡੀ ਪਾ ਰਿਹਾ ਹੈ, ਪਰ ਦੂਸਰੇ ਪਾਸੇ ਦੇਖਦੇ ਵੀ ਨੌਜਵਾਨ ਇਸ ਸਮੇਂ ਇੰਦਗੜ੍ਹੀਆ ਬਗੀਚੇ ਦਾ ਪੇਂਡੂ ਹੈ, ਰੇਸ਼ਮ ਵਰਗੇ, ਧਰਮੇ ਵਰਗੇ ਪ੍ਰਸਿੱਧ ਖਿਡਾਰੀ ਹੈ, ਨਿੰਦਰ ਵਰਗੇ, ਇਧਰਲੇ ਬੰਨੇ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਹੈ। ਲਓ ਇਧਰਲੇ ਬੰਨੇ ਪਾਈ ਹੋਈ ਕਬੱਡੀ ਹੈ ਕਿ ਚੰਗੀਆਂ ਖਾ ਖੁਰਾਕਾਂ ਮਿਹਨਤ ਲਾਉਣੀ ਪੈਂਦੀ ਹੈ, ਇਸ਼ਕ ਮੁਸ਼ਕ ਤੋਂ ਯਾਰੋ ਅੱਖ ਬਚਾਉਣੀ ਪੈਂਦੀ ਹੈ, ਕਿ ਪੈਂਦੀਆਂ ਨਾ ਕਦੇ ਪੂਰੀਆਂ ਕੁੜੀਆਂ ਪਿੱਛੇ ਲੜ ਲੜ ਕੇ, ਤੇ ਹੁੰਦੀਆਂ ਨੀ ਮਸ਼ਹੂਰੀਆਂ ਮੋੜਾਂ ਉੱਤੇ ਖੜ ਖੜ ਕੇ, ਤੇ ਘੜ ਨਾ ਪਵੇ ਸਰੀਰ ਜਿਵੇਂ ਗਹਿਣਾ ਸੁਨਿਆਰ ਦਾ, ਫੇਰ ਕਿਤੇ ਲੰਘੇ ਆੜੀਆਂ ਰੁਤਬਾ ਮਿਲੇ ਸਟਾਰ ਦਾ, ਫੇਰ ਕਿਤੇ ਲੰਘੇ ਆੜੀਆਂ ਰੁਤਬਾ ਮਿਲੇ ਸਟਾਰ ਦਾ, ਸੌਖਾ ਨਾਮ ਨੀ ਜੱਗ ਤੇ ਕਮਾਉਣਾ। ਇਧਰਲੇ ਬੰਨੇ ਵੇਖਦੇ ਵੀ ਪਾਈ ਹੋਈ ਕਬੱਡੀ ਹੈ, ਭਾਣੇ ਪਿੰਡ ਦਾ ਸੇਵਕ ਸਿੰਘ ਜਸਪਿੰਦਰ, ਜਿਸ ਪਿੰਡ ਦਾ ਜਿੰਦਰ ਉਹ ਵੀ ਨੌਜਵਾਨ ਪ੍ਰਸਿੱਧ ਹੈ। ਲਓ ਇਧਰਲੇ ਬੰਨੇ ਵੇਖਦੇ ਵੀ ਜਿਵੇਂ ਫਰੀਦਕੋਟ ਦਾ ਗੱਭਰੂ ਔਰ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ। ਦੋ ਰੈਫਰੀ ਸਾਹਿਬਾਨ ਹੈ, ਰੈਫਰੀ ਸਾਹਿਬਾਨ ਦਾ ਫੈਸਲਾ ਜਿਹੜਾ ਟੱਲ ਮੰਨਿਆ ਜਾਣਾ ਹੈ, ਸਾਰੇ ਹੀ
ਖਿਡਾਰੀ ਵੀਰ ਇਸ ਗੱਲ ਨੂੰ ਧਿਆਨ ਦੇ ਨਾਲ ਸੁਣ ਲੈਣ ਕਿਉਂਕਿ ਦੋ ਦੋ ਰੈਫਰੀ ਲੱਗੇ ਹੈ। ਮੇਰੇ ਵੀਰ ਥੋੜਾ ਸਾਥ ਦਿਆ ਕਰੋ, ਇੱਧਰ ਸਾਡੇ ਵੀਰ ਗੋਰਾ ਤੇ ਜੈਸਾ ਸੋਣ ਤੇ ਪੱਪੂ ਹਾਂਗਕਾਂਗ ਵਾਲੇ। ਹੈਲੋ, ਆ ਜਿਹੜੀ ਚੰਦਾ ਵਾਲੀ ਟੀਮ ਆ, ਲਖਵੀਰ ਸਿੰਘ ਤੇ ਗੁਰਜੰਟ ਸਿੰਘ ਵੱਲੋਂ 500 ਰੁਪਈਏ ਦਾ ਦੂਜਾ ਖੂਬਸੂਰਤ ਨਾਮ ਭੇਜਿਆ ਸਾਡੇ ਕੋਲੋਂ, ਮੈਚ ਤੋਂ ਬਾਅਦ ਲੈ ਜਾਣ। ਇੱਧਰ ਸਾਡਾ ਵੀਰ ਸੋਣ ਕੈਸਾ ਤੇ ਪੱਪੂ ਹਾਂਗਕਾਂਗ ਡਰੋਲੀ ਭਾਈ ਵਾਲੇ ਮੇਰੇ ਵੀਰ, ਬਹੁਤ ਸਾਰਾ ਮਾਣ ਪਿਆਰ ਆਪਣੇ ਛੋਟੇ ਵੀਰ ਦੀ ਕਮੈਂਟਰੀ ਤੋਂ ਖੁਸ਼ ਹੋ ਕੇ ਭੇਜਦੇ ਹੈ, ਧੰਨਵਾਦ ਹੈ। ਉਧਰ ਸਾਡਾ ਵੀਰ ਬਿੱਟੂ ਕਾਲੇ ਕੇ ਇਸ ਵੀਰ ਵੱਲੋਂ ਵੀ ਬਹੁਤ ਸਾਰਾ ਮਾਣ ਪਿਆਰ ਪਹੁੰਚਿਆ ਹੈ। ਇਧਰਲੇ ਬੰਨੇ ਵੇਖਦੇ ਵੀ ਸੇਵਕ ਨੌਜਵਾਨ ਕਬੱਡੀ ਪਾ ਰਿਹਾ ਹੈ, ਪਰ ਵੇਖਦੇ ਵੀ ਸਾਹਮਣੇ ਇੰਦਗੜੀ ਆ, ਵਾਹ ਸੋਹਣਿਆ। ਇਧਰਲੇ ਬੰਨੇ ਕੀਤੀ ਹੋਈ ਕੋਸ਼ਿਸ਼ ਹੈ, ਪੱਲੇ 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 ਪੈਣੀ ਸਾਡਾ ਵੀਰ ਕੈਨੇਡਾ ਤੇ ਰਾਜ ਇਧਰ ਭਾਣੇ ਵਾਲੇ ਸੇਵਕ ਲਈ 100 ਰੁਪਇਆ ਜੀ। ਹੈਲੋ, ਆ ਜਿਹੜੇ ਖਿਡਾਰੀ ਦੇ ਸੱਟ ਲੱਗੀ ਸੀ ਉਹ ਲੰਗਿਆਂ ਦੀ ਸਮੁੱਚੀ ਟੀਮ ਵੱਲੋਂ 200 ਰੁਪਇਆ ਉਹ ਖਿਡਾਰੀ ਦੀ ਮੈਕਸ ਅਦਾ ਦਿੱਤੀ ਜਾਂਦੀ ਹੈ। ਧੰਨਵਾਦ। ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ, ਇੱਧਰਲੇ ਬੰਨੇ ਵੇਖਦੇ ਵੀ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਵਾਧਾ ਹੋਇਆ ਹੈ। ਦੇਖਣਾ ਵੀ ਕੌਣ ਗੱਭਰੂ ਜੱਫਾ ਲਾਵੇਗਾ। ਇਧਰਲੇ ਬੰਨੇ ਜੱਸੀ ਚਾਂਦਰਮਿਆਂ ਦਾ ਦੇਖਦੇ ਵੀ ਟੈਣੀ ਵਰਗਿਆਂ ਦੇ ਨਾਲ ਭਰਾਵਾਂ ਵਾਲਾ ਪਿਆਰ। ਉਧਰ ਸਾਡਾ ਵੀਰ ਟੈਣੀ ਕੈਨੇਡਾ ਦੇ ਵਿੱਚੋਂ ਵਿਸ਼ੇਸ਼ ਤੌਰ ਤੇ ਨਿਰਦੇ ਜਰੀਏ ਇਹਨਾਂ ਮੈਚਾਂ ਨੂੰ ਦੇਖ ਰਿਹਾ ਹੈ। ਲਓ ਅਗਲੀ ਕਬੱਡੀ ਵੇਖਦੇ ਵੀ ਨਿਰਭੈ ਨੌਜਵਾਨ ਖੋਸੇ ਕੋਟਲੇ ਪਿੰਡ ਦਾ ਇਲੀ ਗਰਾਊਂਡ ਤੋਂ ਬਾਹਰ ਦੀ ਮੇਰਾ ਵੀਰ ਚੱਕਰ ਲਾਉਣੇ ਹੈ। ਚੱਲ ਵੀ ਗੱਭਰੂ ਆ ਪਾ ਵੀ ਕਬੱਡੀ। ਜਗਤਾਰ ਸਿੰਘ ਸਰਪੰਚ ਕੈਨੇਡਾ ਵਾਲੇ ਵੱਲੋਂ 100 ਰੁਪਇਆ ਸੇਵਕ ਭਾਣੇ ਵਾਲੇ ਨੂੰ। ਸਾਡੇ ਜਗਤਾਰ ਸਿੰਘ ਜੀ ਸਰਪੰਚ ਸਾਹਿਬ ਬਹੁਤ ਸਾਰਾ ਮਾਣ ਪਿਆਰ ਭਾਣੇ ਵਾਲੇ ਸੇਵਕ ਦੇ ਲਈ ਭੇਜਦੇ ਹੈ। ਇਧਰਲੇ ਬੰਨੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਲਓ ਇਧਰਲੇ ਬੰਨੇ ਇਸੇ ਤਰ੍ਹਾਂ ਦੀਆਂ ਕਬੱਡੀਆਂ 6, 7 ਤੇ 8 ਤਰੀਕ ਪਿੰਡ ਥੰਮਣ ਵਾਲੇ ਦੇ ਖੇਡ ਮੇਲੇ ਦੀਆਂ ਤਰੀਕਾਂ ਹੈ, ਜਿੱਥੇ ਓਪਨ ਦੇ ਵਿੱਚ 2 ਪਲੇਅਰ ਬਾਹਰੋਂ ਹੈ 31 ਨਾਮ ਹੈ, ਬਾਹਰ ਦੇ ਵਿੱਚ 1 ਪਲੇਅਰ ਬਾਹਰੋਂ ਹੈ 10-8 ਨਾਮ ਹੈ, ਵਾਲੀਬਾਲ ਛੂਟਕ ਦੇ ਵਿੱਚ 1 ਪਲੇਅਰ ਬਾਹਰੋਂ ਹੈ, ਔਰ ਬੈਸਟ ਰੇਡਰ ਤੇ ਜਾਫੀਆਂ ਦੇ ਲਈ 5,000 ਰੁਪਏ ਹੋਣਗੇ। 8 ਤਰੀਕ ਜਿਹੜੀ ਥੰਮਣ ਵਾਲੇ ਦੇ ਖੇਡ ਮੇਲੇ ਦੀਆਂ ਤਰੀਕਾਂ ਹੈ। ਬਿੱਟੂ ਕਾਲੇ ਕੇ ਸਾਡਾ ਵੀਰ ਕੈਨੇਡਾ ਚਾਂਦਰਮਿਆਂ ਵਾਲੇ ਜੱਸੀ ਦੇ ਲਈ 100 ਰੁਪਏ ਦੇ ਮਾਣ ਪਿਆਰ ਭੇਜਦੇ ਹੈ, 200 ਰੁਪਇਆ। ਇਧਰ ਸਾਡਾ ਵੀਰ ਬਿੱਟੂ ਕੈਨੇਡਾ ਕਾਲੇ ਕੇ ਸਾਡੇ ਸਤਿਕਾਰਯੋਗ ਵੀਰ ਹੈ। ਲਓ ਮੁਤਗੀ ਵਾਲਾ ਬੱਬੂ ਇਸ ਸਮੇਂ ਤੇ ਦੇਖਦੇ ਵੀ ਮਾਣਕ ਹੈ ਚਾਂਦਰਮੇ ਪਿੰਡ ਦਾ ਗੱਭਰੂ ਇਸ ਸਮੇਂ ਪੂਰੀ ਕੋਸ਼ਿਸ਼ ਕਰਦਾ। ਲਓ ਇਧਰਲੇ ਬੰਨੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਬੜਾ ਤਕੜਾ ਮੁਕਾਬਲਾ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਕੀ ਲਾ ਕੇ ਯਾਰ ਉਹ ਮਿਹਨਤ ਸੋਹਣੇ ਸਰੀਰ ਘੁਮਾਏ ਨੇ ਵਿੱਚ ਗਰਾਊਂਡੀ ਖੇਡਣ ਗੱਭਰੂ ਕੌਡੀ ਆਏ ਨੇ ਤੇ ਗੱਲ ਕਰਨੀ ਹੈ ਪੈਂਦੀ ਇਹਨਾਂ ਹਾਜ਼ਰ ਜਵਾਬੀਆਂ ਦੀ ਤੇ ਖੜ ਕੇ ਦੇਖ ਜਵਾਨਾਂ ਪੈਂਦੀ ਰੇਡ ਪੰਜਾਬੀਆਂ ਦੀ। ਤੂੰ ਖੜ ਕੇ ਦੇਖ ਜਵਾਨਾਂ ਕੌਡੀ ਖੇਡ ਪੰਜਾਬੀਆਂ ਦੀ, ਪੰਜਾਬੀਆਂ ਦੀ ਜਿੰਦ ਜਾਨ ਖੇਡ ਹੈ। ਨਾਲ ਹੀ 8 ਤਰੀਕ ਜਿਹੜੀ ਉਮਰੀ ਆਣੇ ਦੇ ਖੇਡ ਮੇਲੇ ਦੀਆਂ ਤਰੀਕਾਂ, 31 ਨਾਮ ਹੈ, 3 ਪਲੇਅਰ ਬਾਹਰੋਂ ਖੇਡਣਗੇ ਉਮਰੀ ਆਣੇ ਦੇ ਖੇਡ ਮੇਲੇ ਦੀਆਂ ਤਰੀਕਾਂ। ਲਓ ਜੱਸੀ ਇਸ ਸਮੇਂ ਡੱਕਿਆ ਜਾ ਚੁੱਕਿਆ ਹੈ ਤੇ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੈ। ਚੱਲ ਵੀ ਨਿਰਭੈ ਪਾ ਵੀ ਨੌਜਵਾਨਾਂ ਕਬੱਡੀ, ਇਧਰਲੇ ਬੰਨੇ ਖੋਸਾ ਕੋਟਲਾ ਪਿੰਡ ਹੈ ਨੌਜਵਾਨ ਕਬੱਡੀ ਖਿਡਾਰੀ ਦਾ, ਪਰ ਅੱਜ ਦੇਖਦੇ ਵੀ ਇੰਦਗੜ ਦੇ ਲਈ ਖੇਡਦਾ ਹੈ। ਇਧਰਲੇ ਬੰਨੇ ਮਾਣਕ ਚਾਂਦਰਮੇ ਪਿੰਡ ਦਾ ਗੱਭਰੂ ਕੋਸ਼ਿਸ਼ ਕਰਦਾ ਹੈ ਤੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੈ।
ਲਓ ਥੋੜੀ ਹਲਕੀ ਜੀ ਸੱਟ ਲੱਗੀ ਹੈ ਨੌਜਵਾਨ ਖਿਡਾਰੀ ਦੇ ਟੈਂਟ ਵਾਲੇ ਵੀਰਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਸਾਡੇ ਸਾਊਂਡ ਵਾਲੇ ਵੀਰਾਂ ਨਾਲ ਸੰਪਰਕ ਕਰ ਲੈਣ ਕਿ ਲੱਗੇ ਸੱਟ ਨਾ ਗਰਾਊਂਡ ਵਿੱਚ ਕਿਸੇ ਵੀ ਖਿਡਾਰੀ ਨੂੰ ਤੇ ਵੀ ਰਿਜਕੋ ਸਾਨੂੰ ਤੋਟੇ ਆਵੇ ਨਾ ਭੰਡਾਰੀ ਨੂੰ ਤੇ ਸੁੱਖ ਸ਼ਾਂਤੀ ਦੀ ਝੱਲੀ ਜਾਈ ਤੂੰ ਪੱਖੀ ਮਾਲਕਾ ਨਿਗਾ ਮੇਹਰ ਦੀ ਗਰਾਊਂਡੀ ਉੱਤੇ ਰੱਖੀ ਮਾਲਕਾ ਨਿਗਾ ਮੇਹਰ ਦੀ ਗਰਾਊਂਡੀ ਉੱਤੇ ਰੱਖੀ ਮਾਲਕਾ 100 ਰੁਪਇਆ ਇੱਧਰ ਸਾਡੇ ਜਗਮੋਹਨ ਸਿੰਘ ਜੀ ਇੰਦਗੜੀਏ ਜਾਫੀ ਦੇ ਲਈ ਹੈ ਲਓ ਮੁਦਗੀ ਵਾਲਾ ਬੱਬੂ ਕਹਿੰਦੇ ਕੈਨੇਡਾ ਦੀ ਸ਼ਹੀਦ ਭਗਤ ਸਿੰਘ ਕਬੱਡੀ ਆਪਣਾ ਬਾਬਾ ਫਰੀਦ ਕਬੱਡੀ ਕਲੱਬ ਲਈ ਖੇਡਿਆ ਔਰ ਯੂਰਪ ਵਿੱਚ ਵੀ ਤਗੜਾ ਖੇਡਿਆ ਲਓ ਗੋਵਿੰਦਾ ਕੋਸ਼ਿਸ਼ ਕਰਦਾ ਪਰ ਇਸੇ ਨਾਲ ਮੈਚ ਸਮਾਪਤ ਚੰਦ ਨਵਿਆਂ ਦੇ ਪੁਆਇੰਟ ਹੈ 5.5 ਇੰਦਗੜ ਦੇ 11 ਇੰਦਗੜ ਦੀ ਟੀਮ ਚੱਲਦੇ ਹੋਏ ਮੁਕਾਬਲੇ ਦੇ ਵਿੱਚ ਜੇਤੂ ਰਹੀ ਹੈ ਆਓ ਹੁਣ ਮਾਲਾ ਖੁਰਦ ਤੇ ਭਿੰਡਰ ਹਾਂਜੀ ਇੰਦਗੜ ਦਾ ਜਿਹੜਾ ਗਿਆਨੀ ਆ ਜੂੜੇ ਵਾਲਾ ਉਹਨੂੰ 100 ਰੁਪਇਆ ਸਰਪੰਚ ਗੁਰਚਰਨ ਸਿੰਘ ਦਾ ਸਪੁੱਤਰ ਕਾਲਾ ਸਿੰਘ ਵੱਲੋਂ ਆ ਇੰਦਗੜ ਦੇ ਖਿਡਾਰੀ ਨੂੰ ਇੱਧਰ ਮੇਰੇ ਕੋਲੇ ਵੀ ਦੋਨੋਂ ਟੀਮਾਂ ਦਾ ਨਾਮ ਗੋਵਿੰਦ ਲੈ ਜਿਓ ਇੱਧਰ ਆ ਕੇ ਹੈਲੋ ਹਾਂਜੀ ਖਿਡਾਰੀ ਆਪੋ ਆਪਣੇ ਮਾਨ ਸਨਮਾਨ ਆ ਕੇ ਲੈ ਲਓ ਸਟੇਜ ਦੇ ਉੱਤੋਂ ਮਾਲਾ ਖੁਰਦ ਵਰਸੇ ਚ ਭਿੰਡਰ ਬਹੁਤ ਤਗੜਾ ਮੁਕਾਬਲਾ ਖੇਡਿਆ ਜਾਣਾ ਦਰਸ਼ਕੀਰੋ ਨਾਲ ਹੀ ਬੇਨਤੀ ਕਰਦੇ ਆ ਨੱਥੋ ਕੇ ਵਰਸੇ ਚ ਵਕੀਲਾਂ ਵਾਲਾ ਜਲਦੀ ਤੋਂ ਜਲਦੀ ਦੋਨੇ ਟੀਮਾਂ ਐਂਟਰੀ ਬਾਕਸ ਦੇ ਵਿੱਚ ਆ ਜਾਓ ਨੱਥੋ ਕੇ ਵਰਸੇ ਚ ਵਕੀਲਾਂ ਵਾਲਾ ਡੇਮਰੂ ਵਰਸੇ ਚ ਲੰਡੇ ਏ ਬਘੇਲੇ ਵਾਲਾ ਵਰਸੇ ਰੋਡੇ ਸਾਫੂ ਵਾਲਾ ਏ ਵਰਸੇ ਗੁੱਜਰ ਵਾਲਾ ਬਾਬਾ ਨਛੱਤਰ ਸਿੰਘ ਜੀ ਕਲਾ ਪੰਜ ਗ੍ਰਾਈ ਕਲਾ ਤੇ ਲੰਡੇ ਬੀ ਆਪੋ ਆਪਣੇ ਮੁਕਾਬਲਿਆਂ ਦੇ ਲਈ ਖਿਡਾਰੀ ਵੀਰ ਜਿਹੜੇ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆਉਣਗੇ ਲਓ ਜੀ ਚਰਨਾ ਧੱਲੇਕਿਆਂ ਵਾਲਾ ਵੀ ਆ ਗਿਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਮਾਲਾ ਖੁਰਦ ਵਰਸੇ ਚ ਭਿੰਡਰ ਬਹੁਤ ਤਗੜਾ ਮੁਕਾਬਲਾ ਖੇਡਿਆ ਜਾਣਾ ਲਓ ਜੀ ਸਾਡਾ ਖਿਡਾਰੀ ਵੀਰੋ ਬੜੀ ਖੁਸ਼ੀ ਦੀ ਗੱਲ ਆ ਬਹੁਤ ਹੀ ਸਤਿਕਾਰਯੋਗ ਕਬੱਡੀ ਕੋਚ ਮਨਜਿੰਦਰ ਸਿੰਘ ਭਾਲ ਵਾਲਾ ਮੇਰੇ ਵੀਰੋ ਉਸ ਨੌਜਵਾਨ ਦਾ ਵੀ ਅੱਜ ਮਾਨ ਸਨਮਾਨ ਬਾਬਾ ਚਮਕੌਰ ਸਿੰਘ ਜੀ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਹੈਲੋ ਆ ਜਿਹੜਾ ਗੱਜਣਾਲ ਦਾ ਦੂਜਾ ਗੇੜੇ ਲਾ ਰਿਹਾ ਇਹਨੇ 500 ਗੇੜਾ ਲਾਉਣਾ ਇਹਦਾ 500 ਗਿਣਤੀ ਕਰੀ ਚੱਲੇ ਉਹਦੀ ਇੱਕ ਜਣਾ ਦੁੱਲੇ ਬਾਬਾ ਚਮਕੌਰ ਸਿੰਘ ਜੀ ਤੇ ਬਾਬਾ ਸ਼ਿੰਦਰ ਸਿੰਘ ਜੀ ਸਾਡੇ ਮਹਾਂਪੁਰਸ਼ਾਂ ਦੇ ਵੱਲੋਂ ਸੀਪੇ ਆਲਮ ਵਾਲੇ ਦੀ ਵੀ ਵੱਡੇ ਮਾਨ ਹੋਣਗੇ ਲੈ ਵੀ ਬਾਈ ਰਾਜ ਵੀਰੇ ਨੋਟ ਕਰ ਲਓ ਸਾਡਾ ਭਿੰਡਰ ਕਲਾਂ ਦੀ ਟੀਮ ਗੁਰਦੁਆਰਾ ਸਾਹਿਬ ਦੀ ਸਾਈਡ ਔਰ ਮਾਲੇ ਖੁਰ ਦੀ ਟੀਮ ਖੇਤਾਂ ਵਾਲੇ ਪਾਸੇ ਲੈ ਵੀ ਜੇ ਇੱਲੀ ਤੂੰ 500 ਚੱਕਰ ਨਾਲ ਆਇਆ ਨਾ ਬਾਈ 1100 ਰੁਪਇਆ ਤੈਨੂੰ ਕਮੇਟੀ ਨੂੰ ਦੇਣਾ ਪੈਣਾ ਤਾੜੀਆਂ ਮਾਰ ਦੇ ਯਾਰ ਇੱਕ ਵਾਰੀ ਇੱਲੀ ਗੱਜਣਾਲ ਦੇ ਨਾਂ ਤੇ ਲਓ ਦਸ਼ਕੂਰੇ ਪਹਿਲੀ ਕਬੱਡੀ ਇਸ ਵੇਲੇ ਮਾਲੇ ਦੀ ਟੀਮ ਦੇ ਵੱਲੋਂ ਰਵੀ ਝੰਡਿਆਂ ਦੀ ਧਰਤੀ ਦਾ ਪਾਉਂਦਾ ਹੋਇਆ ਹਲਕਾ ਜਿਹਾ ਅਟੈਕ ਕੀਤਾ ਚਰਨੇ ਧੱਲੇਕਿਆਂ ਵਾਲੇ ਕਬੱਡੀ ਦੇ ਖਿਡਾਰੀ ਨੂੰ ਲਓ ਨੰਬਰ ਮੇਰੇ ਵੀਰੋ ਜੁੜਦਾ ਹੋਇਆ ਮਾਲੇ ਖੁਰ ਦੀ ਟੀਮ ਦੇਸੇ ਆ ਮੇਰੇ ਵੀਰੋ ਖਿਡਾਰੀ ਵੀ ਕੈਨੇਡਾ ਖੇਡ ਆਇਆ ਲਓ ਗੇਜੀ ਕਪੂੜਿਆਂ ਵਾਲਾ ਕਬੱਡੀ ਪਾਉਂਦਾ ਹੋਇਆ ਤੇ ਦੂਸਰੇ ਪਾਸੇ ਭੋਨੀ ਮਾਲੇ ਦੀ ਧਰਤੀ ਦਾ ਇਹ ਖਿਡਾਰੀ ਵੀ ਕੈਨੇਡਾ ਖੇਡਿਆ ਲਓ ਸਾਹਮਣੇ ਨੰਬਰ ਜਿਹੜਾ ਗੇਜੀ ਕਪੂੜਿਆਂ ਵਾਲਾ ਭਿੰਡਰਾਂ ਦੀ ਟੀਮ ਦੇਸੇ ਜੋੜਦਾ ਹੋਇਆ
ਆ ਖਿਡਾਰੀ ਨੂੰ ਵੀ ਮੇਰੇ ਵੀਰੋ 2012 ਦੇ ਵਿੱਚ ਕੈਨੇਡਾ ਦੀ ਧਰਤੀ ਤੇ ਖੇਡਣ ਦਾ ਮੌਕਾ ਮਿਲਿਆ। ਜਗਰਾਜ ਸਿੰਘ ਜੀ ਮਾਲਾ ਕਬੱਡੀ ਪ੍ਰਮੋਟਰ ਦੇ ਵੱਲੋਂ ਇਸ ਨੌਜਵਾਨ ਨੂੰ ਪ੍ਰਮੋਟ ਕੀਤਾ ਗਿਆ। ਲਓ ਕਲਜੀਤ ਕਬੱਡੀ ਪਾਉਂਦਾ ਹੋਇਆ, ਇੱਕ ਕਲਜੀਤਾ ਮਰਸੀਆਂ ਵਾਲਾ ਮੇਰੇ ਵੀਰੋ, ਇੱਕ ਕੰਨੀ ਤੇ ਰਾਜੂ ਤੇ ਦੂਸਰੀ ਕੰਨੀ ਤੇ ਚਰਨਾ ਤਲੇਕੇ ਵਾਲਾ। ਲਓ ਚਾਰਾਂ ਜਾਫੇ ਦੀ ਲੱਗੀ ਹੋਈ ਚੈਨ ਤੇ ਲਓ ਸਾਹਮਣੇ ਮੁਕਾਬਲਾ ਜਿਹੜਾ ਗੋਲਡੀ ਦੇ ਨਾਲ ਪਵੈੜ ਜਿਹੜਾ ਮੇਰੇ ਵੀਰੋ ਪਿੰਡਰਾਂ ਦੇ ਹਿੱਸੇ ਜੁੜਦਾ ਹੋਇਆ, ਪਵੈੜ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ। ਹੈਲੋ ਆ ਗੁਰਮੀਤ ਸਿੰਘ ਵੱਲੋਂ ਦੋਵਾਂ ਟੀਮਾਂ ਨੂੰ 100-100 ਰੁਪਇਆ, ਬਹੁਤ ਹੀ ਧੰਨਵਾਦ ਕਰਦੇ ਹਾਂ। ਦੋਵਾਂ ਟੀਮਾਂ ਜਿਹੜੀਆਂ ਖੇਡ ਰਹੀਆਂ, ਜਗਤਾਰ ਸਿੰਘ ਸਰਪੰਚ ਦਾ ਭਰਾ ਗੁਰਮੀਤ ਸਿੰਘ, ਉਹਦੇ ਵੱਲੋਂ ਦੋਨਾਂ ਟੀਮਾਂ ਨੂੰ 100-100 ਰੁਪਇਆ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਸ਼ੁਕਰੀਆ ਜੀ, ਮਿਹਰਬਾਨੀ ਗੁਰਮੀਤ ਸਿੰਘ ਜੀ, ਦੋਨਾਂ ਟੀਮਾਂ ਦੇ ਲਈ 100-100 ਰੁਪਏ ਦੇ ਮਾਣ ਭੇਜਦੇ ਨੇ। ਲਓ ਮੇਰੇ ਵੀਰੋ ਇਸ ਵੇਲੇ ਰਮਨ ਕਬੱਡੀ ਪਾਉਂਦਾ ਹੋਇਆ ਪਿੰਡਰਾਂ ਦੀ ਧਰਤੀ ਦਾ ਹਲਕਾ ਜਿਹਾ ਟੈਕ ਜਿਹੜਾ ਬੋਨੀ ਦੇ ਨਾਲ ਹੋਇਆ ਮੇਰੇ ਵੀਰੋ, ਪਵੈੜ ਜਿਹੜਾ ਰੇਡਰ ਦੇ ਹਿੱਸੇ ਪਿੰਡਰਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਵਕੀਲਾਂ ਵਾਲ ਦੀ ਟੀਮ ਜਿਹੜੀ ਬਾਜੀ ਐਂਟਰੀ ਬਾਕਸ ਦੇ ਵਿੱਚ ਆ ਗਈ ਆ ਤੇ ਬੇਨਤੀ ਕਰਾਂਗੇ ਨੱਥੋ ਕੇ ਦੋਨੇ ਟੀਮਾਂ ਪਹੁੰਚ ਗਈਆਂ। ਧੰਨਵਾਦ ਖਿਡਾਰੀ ਵੀਰੋ। ਲਓ ਸਾਹਮਣੇ ਰਵੀ ਝੰਡਿਆਂ ਨੇ ਪੱਛਮੀ ਦਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ, ਲਓ ਰਾਜੂ ਬਿੱਲਾ ਮੇਰੇ ਵੀਰੋ ਪਿੰਡਰਾਂ ਦਾ ਪ੍ਰਸਿੱਧ ਖਿਡਾਰੀ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ, ਪਰ ਪਵੈੜ ਜਿਹੜਾ ਇਸ ਵੇਲੇ ਝੰਡਿਆਂ ਦਾ ਰਵੀ ਮਾਲੇ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਆ ਗਿਆ। ਕਬੱਡੀ ਪਾਉਣ ਗੇਜੀ ਕਪੂਰਿਆਂ ਵਾਲਾ ਮੇਰੇ ਵੀਰੋ, ਪੈਰਾਂ ਦਾ ਬਹੁਤ ਛੋਲਾ ਖਿਡਾਰੀ ਇਸ ਵੇਲੇ ਕਬੱਡੀ ਪਾਉਂਦਾ ਹੋਇਆ, ਹਲਕੀ ਹਲਕੀ ਉੜਦੀ ਹੋਈ ਮਾਂ ਮਿੱਟੀ ਦੀ ਤੋੜ ਇਸ ਖਿਡਾਰੀ ਦੇ ਪੈਰਾਂ ਦੇ ਵਿੱਚੋਂ ਮੇਰੇ ਵੀਰੋ। ਲਓ ਨੰਬਰ ਜਿਹੜਾ ਪਿੰਡਰਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਕਿ ਕਬੱਡੀ ਦਾ ਜਨ ਪੰਜਾਬ ਦੇ ਵਿੱਚ ਹੋਇਆ, ਗੁਰਤੀ ਦਿੱਤੀ ਨੂੰ ਪੰਜਾਬ ਪਾਣੀਆਂ ਨੇ, ਵਧਣ ਫੁੱਲਣ ਲਈ ਪੰਜਾਬ ਦੀ ਗੋਦ ਮਿਲ ਗਈ, ਪਾਲਿਆ ਪਲੋਸਿਆ ਪੰਜਾਬੀ ਸਵਾਣੀਆਂ ਨੇ, ਕਬੱਡੀ ਤੇ ਜੋ ਬਣਿਆ ਚੜਿਆ, ਪੈਂਦੀਆਂ ਦੇਸ਼ ਵਿਦੇਸ਼ ਵਿੱਚ ਕਹਾਣੀਆਂ ਨੇ, ਕਬੱਡੀ ਤੇ ਜੋ ਬਣਿਆ ਚੜਿਆ। ਲਓ ਸਾਹਮਣੇ ਮੈਦਾਨ ਦੇ ਵਿੱਚ ਵੇਖਦੇ ਵੀ ਇਸ ਵੇਲੇ ਪਵੈੜ ਜਿਹੜਾ ਮੇਰੇ ਵੀਰੋ ਪਿੰਡਰਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ, ਪਵੈੜ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ, ਪਾਵੀ ਨੌਜਵਾਨਾਂ ਰੇਡ। ਲਓ ਅਗਲੀ ਕਬੱਡੀ ਹਰਪ੍ਰੀਤ ਖੰਨੇ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਖਿਡਾਰੀ ਮੇਰੇ ਵੀਰੋ, 52 ਵਰ੍ਹਿਆਂ ਦੀ ਉਮਰ ਇਸ ਖਿਡਾਰੀ ਦੀ। ਲਓ ਬੜਾ ਪਿਆਰਾ ਅੰਦਾਜ਼ ਕਬੱਡੀ ਪਾਉਣ ਦਾ, ਜੀਦਾਨਾ ਕਬੱਡੀ ਪਾਉਂਦਾ ਹੋਇਆ ਹਰਪ੍ਰੀਤ ਖੰਨਾ ਮੇਰੇ ਵੀਰੋ ਪਿੰਡਰਾਂ ਦਾ। ਤੇ ਦੂਸਰੇ ਪਾਸੇ ਜਾਫੀਆਂ ਦੀ ਕਤਾਰ ਦੇ ਵਿੱਚ ਹਰਦੀਪ ਫਿੱਡੂ, ਖੋਸਾ ਤੀਰ ਪਿੰਡ ਹੈ ਮੇਰੇ ਵੀਰੋ। ਲਓ ਇੱਕ ਪਾਸੇ ਫਿੱਡੂ, ਲਓ ਪਿੰਡ ਜਿਹੜਾ ਹਰਪ੍ਰੀਤ ਖੰਨਾ ਪਿੰਡਰਾਂ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ। ਵੱਖੋ ਵੱਖਰੇ ਸ਼ੌਕ ਖਿਡਾਰੀਆਂ ਦੇ, ਕੋਈ ਗੁਰੂ ਦੇ ਖੰਡੇ ਨੂੰ ਪਿਆਰ ਕਰਦਾ, ਕਿਸੇ ਦੇ ਵੜਦਾ ਡੌਲੇ ਤੇ ਸ਼ੇਰਕੂਰੀ, ਕਿਸੇ ਦੀ ਛਾਤੀ ਤੇ ਬਾਜਾ ਉਡਾਲ ਪਰਦਾ, ਕੋਈ ਫੋਟੋ ਬਣਾਉਂਦਾ ਵਿਛੜਿਆਂ ਦੀ ਤੇ ਕੋਈ ਭਗਤ ਸਿੰਘ ਨੂੰ ਯਾਦ ਕਰਦਾ, ਭਦੌੜ ਵਾਲਿਆ ਸ਼ੌਕ ਦਾ ਮੁੱਲ ਕੋਈ ਨਾ, ਬੰਦਾ ਹਰ ਜਾਂਦਾ ਪਰ ਸ਼ੌਕ ਨਹੀਂ ਕਦੇ ਹਾਰਦਾ, ਭਦੌੜ ਵਾਲਿਆ ਸ਼ੌਕ ਦਾ ਮੁੱਲ ਕੋਈ ਨਾ। ਲਓ ਆ ਨੌਜਵਾਨ ਚਰਨਾ ਧੱਲੇ ਕੇ ਇਹ ਵੀ ਕੈਨੇਡਾ ਖੇਡਿਆ ਮੇਰੇ ਵੀਰੋ, ਜਲੰਧਰ ਸਿੰਘ ਸਿੱਧੂ ਪੰਜ ਗ੍ਰਾਈ ਵਾਲੇ ਨੇ ਪ੍ਰਮੋਟ ਕੀਤਾ ਇਸ ਖਿਡਾਰੀ ਨੂੰ। ਲਓ ਪਵੈੜ ਜਿਹੜਾ ਜਾਫੀ ਦੇ ਹਿੱਸੇ, ਸਮਾਂ ਬੀਤ ਗਿਆ, ਸਮੇਂ ਨੇ ਸਾਹ ਜਿਹੜਾ ਮੇਰੇ ਵੀਰੋ ਜਾਫੀਆਂ ਦਾ ਦਿੱਤਾ। ਲਓ ਚਰਨਾ ਧੱਲੇ ਕਿਆਂ ਦਾ ਨੰਬਰ ਜਿਹੜਾ ਪਿੰਡਰਾਂ ਦੇ ਹਿੱਸੇ ਜੋੜਦਾ ਹੋਇਆ, ਲਓ ਅਗਲੀ ਕਬੱਡੀ ਮੈਦਾਨ ਦੇ ਵਿੱਚ ਗੇਜੀ ਕਪੂਰਿਆਂ ਵਾਲਾ ਪਾਉਂਦਾ ਹੋਇਆ, ਲਓ ਇੱਕ ਪਾਸੇ ਬੋਨੀ ਮਾਲੇ ਵਾਲਾ ਮੇਰੇ ਵੀਰੋ ਦੁਨੀਆਂ ਦਾ ਮਹਾਰਥੀ ਜਾਫੀ, ਲਓ ਇਸ ਵੇਲੇ ਡੱਕਣ ਦੀ ਪੂਰੀ ਕੋਸ਼ਿਸ਼ ਕਰਦਾ, ਇੱਕ ਪਾਸੇ ਗੇਜੀ ਕਬੱਡੀ ਪਾਉਂਦਾ ਹੋਇਆ। ਲਓ ਪਵੈੜ ਜਿਹੜਾ ਤਰਸੇਵ ਸਦੌੜ ਦਾ ਦੱਸਦਾ ਵੀ ਧਾਵੀ ਦੇ ਹਿੱਸੇ, ਪਵੈੜ ਮੇਰੇ ਵੀਰੋ ਪਿੰਡਰਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਲਓ ਅਗਲੀ ਰੇਡ ਜਿਹੜੀ ਮਾਲੇ ਦੀ ਧਰਤੀ ਦਾ ਮਾਣ ਕਮੋਤੀ ਪਾਉਂਦਾ ਹੋਇਆ ਮੇਰੇ ਵੀਰੋ, ਚਟਾਨਾ ਵਰਗੇ ਸਰਕਾਰੀ ਸਕੂਲ ਦੇ ਥੰਮਾਂ ਵਰਗੇ ਜਾਫੀ, ਕਿਹੜਾ ਬਿਜਲੀ ਬੋਰਡ ਦੇ ਕਰੰਟ ਵਾਂਗੂ ਚੁੰਬੜਦਾ,
ਤਲਵਾਰ ਗਜਨ ਵਾਲੀਆ ਵੀ ਸਾਹਮਣੇ ਦੇਖ ਲਾ ਨੌਜਵਾਨਾਂ ਇਸ ਵੇਲੇ ਗੋਲਡੀ ਪਿੰਡਾਂ ਦਾ ਪੂਰੀ ਕੋਸ਼ਿਸ਼ ਕਰਦਾ ਹੋਇਆ ਇੱਕ ਕੌਮ ਕਲਾਂ ਵਾਲਾ ਮੇਰੇ ਵੀਰੋ ਇੱਕ ਇਹ ਆ ਨੌਜਵਾਨ ਲਓ ਪੈਣ ਜਿਹੜਾ ਮਾਲੇ ਦੇ ਹਿੱਸੇ ਜੜਦਾ ਹੋਇਆ ਡੇਮਰੂ ਤੇ ਲੰਡੇ ਦੀਆਂ ਟੀਮਾਂ ਜਲਦੀ ਤੋਂ ਜਲਦੀ ਐਂਟਰੀ ਬਾਕਸ ਦੇ ਵਿੱਚ ਆ ਜਾਓ ਡੇਮਰੂ ਤੇ ਲੰਡੇ ਲਓ ਹਰਪ੍ਰੀਤ ਖੰਨਾ ਇਸ ਵੇਲੇ ਭਿੰਡਰਾਂ ਵਾਲਾ ਕਬੱਡੀ ਪਾਉਂਦਾ ਹੋਇਆ ਭਿੰਡਰਾਂ ਦੀ ਧਰਤੀ ਨੇ ਵੀ ਕਬੱਡੀ ਦੇ ਬਹੁਤ ਤਕੜੇ ਖਿਡਾਰੀ ਪੈਦਾ ਕੀਤੇ ਆ ਚਾਹੇ ਆਪਾਂ ਬਾਂਤੇ ਦੀ ਕਬੱਡੀ ਦੀ ਗੱਲ ਕਰ ਲਈਏ ਤੇ ਚਾਹੇ ਸੀਰੇ ਦੀ ਕਬੱਡੀ ਦੀ ਗੱਲ ਕਰ ਲਈਏ ਮੇਰੇ ਵੀਰੋ ਕਿ ਸੀਰਾ ਭਿੰਡਰਾਂ ਦਾ ਕਬੱਡੀ ਜਦ ਪਾਉਂਦਾ ਸੀ ਲੈ ਕੇ ਫਿਰ ਪੈਰ ਦੋਸਤੋ ਨੱਚਦਾ ਹੀ ਆਉਂਦਾ ਸੀ ਲਓ ਕਲਜੀਤ ਮਾਲੇ ਵਾਲਾ ਕਬੱਡੀ ਪਾਉਂਦਾ ਹੋਇਆ ਤੇ ਦੂਸਰੇ ਪਾਸੇ ਗੋਲਡੀ ਦੇ ਨਾਲ ਮੁਕਾਬਲਾ ਲਓ ਪੜ ਦੇ ਉੱਤੇ ਲੱਗੀ ਹੋਈ ਕੈਂਚੀ ਮੇਰੇ ਵੀਰੋ ਸਮਾਂ ਬੀਤਦਾ ਜਾਂਦਾ ਤੇ ਆਪਾਂ ਸਮੇਂ ਦਾ ਇੰਤਜ਼ਾਰ ਕਰਾਂਗੇ ਸਫਲਤਾ ਕਿਹੜੇ ਖਿਡਾਰੀ ਦੇ ਕੰਧ ਨੂੰ ਚੁੰਮੇਗੀ ਲਓ ਇਹ ਸਮੇਂ ਦੀਆਂ ਬਾਤਾਂ ਹੋਣਗੀਆਂ ਲਓ ਪੈਰ ਜਿਹੜਾ ਮੇਰੇ ਵੀਰੋ ਭਿੰਡਰਾਂ ਦਾ ਗੋਲਡੀ ਲਾ ਜੱਫਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਪਾ ਵੀ ਨੌਜਵਾਨ ਰਮਨ ਸਿੰਘ ਕਬੱਡੀ ਉਧਰ ਸਾਡੇ ਸਰਦਾਰ ਜਗਮੋਹਨ ਸਿੰਘ ਜੀ ਡਬਈ ਵਾਲੇ ਇੱਕ ਸੌ ਰੁਪਇਆ ਗੋਲਡੀ ਨੌਜਵਾਨ ਤੇਰੇ ਲਈ ਬਹੁਤ ਵੱਡਾ ਮਾਣ ਭੇਜਦੇ ਅਗਲਾ ਰੇਡਰ ਨੂੰ ਜੱਫਾ ਲਾਓ ਸਰਪੰਚ ਸੂਬਾ ਸਿੰਘ ਵੱਲੋਂ 500 ਰੁਪਇਆ ਲਓ ਜੀ ਸਰਦਾਰ ਸਰਪੰਚ ਸੂਬਾ ਸਿੰਘ ਦੇ ਵੱਲੋਂ ਵੀ 500 ਰੁਪਏ ਇਸ ਕਬੱਡੀ ਦੇ ਉੱਤੇ ਲੱਗ ਚੁੱਕਿਆ ਪਰ ਜੱਫਾ ਨਹੀਂ ਲੱਗ ਸਕਿਆ ਮੇਰੇ ਵੀਰੋ ਲਓ ਇਸੇ ਨਾਲ ਹੀ ਮੁਕਾਬਲਾ ਸਮਾਪਤ ਕਰੀਏ ਵੀਰ ਜੀ ਆਪਾਂ ਲੇਖਾ ਜੋਖਾ ਪੁਆਇੰਟਾਂ ਦਾ ਤੁਹਾਡੇ ਨਾਲ ਸਾਂਝਾ ਭਿੰਡਰਾਂ ਦੀ ਟੀਮ ਦੇ ਪੁਆਇੰਟ ਨੇ ਬਾਜੀ 11 ਤੇ ਮਾਲਾ ਖੁਰ ਦੀ ਟੀਮ ਦੇ ਨੰਬਰ ਨੇ 3.5 ਇਸ ਮੈਚ ਦੇ ਵਿੱਚ ਭਿੰਡਰ ਕਲਾਂ ਜਿੱਤ ਗਈ ਬਾਈ ਬਖਤਾਰ ਸਿੰਘ ਜੀ ਨੋਟ ਕਰ ਲਓ ਵੀਰ ਜੀ ਬਹੁਤ ਬਹੁਤ ਧੰਨਵਾਦ ਸਾਡੇ ਇਹਨਾਂ ਵੀਰਾਂ ਦਾ ਮੇਰੇ ਕੋਲ ਆ ਕੇ ਖਿਡਾਰੀ ਆਪਣਾ ਮਾਣ ਸਨਮਾਨ ਲੈ ਜਾਓ ਅਗਲਾ ਮੈਚ ਵੀਰੇ ਕਰਾਓ ਸ਼ੁਰੂ ਨੱਥੋ ਕੇ ਤੇ ਵਕੀਲਾਂ ਵਾਲਾ ਆਓ ਜੀ ਸੈਂਟਰ ਲਾਈਨ ਦੇ ਉੱਤੇ ਨੱਥੋ ਕੇ ਵਰਸੇ ਵਕੀਲਾਂ ਵਾਲਾ ਆਓ ਜੀ ਸੈਂਟਰ ਲਾਈਨ ਤੇ ਚੱਕਰ ਵਾਲਾ ਕਰਮਾ ਮੇਰਾ ਵੀਰ ਪ੍ਰਸਿੱਧ ਕਬੱਡੀ ਖਿਡਾਰੀ ਜਿੱਥੇ ਮੇਰੀ ਆਵਾਜ਼ ਸੁਣਦਾ ਗਰਾਊਂਡ ਦੇ ਵਿੱਚ ਆ ਜਾਵੇ ਆ ਗਿਆ ਦੁਨੀਆ ਦਾ ਮਹਾਨ ਖਿਡਾਰੀ ਹਰਦਾਸ ਸਿੰਘ ਜੀ ਹੈਰੀ ਹਰਜੀਤ ਤਲਵਾਰ ਕਬੱਡੀ ਕਲੱਬ ਜਗਰਾਉਣ ਦੇ ਲਈ ਚੈਣੇ ਸੱਜਵਾਂ ਵਾਲੇ ਦੇ ਲਈ ਖੇਡਦਾ ਹੈ ਖਿਡਾਰੀ ਇੱਕ ਵਾਰੀ ਹਰਦਿਆਲ ਨੌਜਵਾਨਾਂ ਫਤਿਹ ਸਾਂਝੀ ਕਰੀਏ ਸਾਰੇ ਦਰਸ਼ਕਾਂ ਦੇ ਨਾਲ ਹਰਦਿਆਲ ਆ ਇਹ ਨੌਜਵਾਨ ਮੇਰੇ ਵੀਰੋ ਹਰਦਾਸੇ ਦੀ ਧਰਤੀ ਦਾ ਹਰਦਿਆਲ ਸਿੰਘ ਬਹੁਤ ਤਕੜਾ ਖੇਡਿਆ ਕੈਨੇਡਾ ਦੀਆਂ ਮੈਦਾਨਾਂ ਦੇ ਵਿੱਚ ਵੀ ਹੈਲੋ ਅੱਜ ਉਹ ਗੇਜੀ ਕਪੂਰਿਆਂ ਵਾਲਾ ਭਿੰਡਰਾਂ 'ਚ ਖੇਡਦਾ ਸੀ ਉਹ 200 ਰੁਪਈਆ ਉਹਦਾ ਹੋਰ ਆ ਸਾਡੇ ਸਟੇਜ ਤੋਂ ਆ ਕੇ ਲੈ ਜੇ ਗੇਜੀ ਕਪੂਰਿਆਂ ਵਾਲਾ ਜੀਮਲ ਵੱਲੋਂ ਦਿੱਤੇ ਜਾਂਦੇ ਆ ਗੇਜੀ ਕਪੂਰਿਆਂ ਵਾਲੇ ਨੂੰ ਲਓ ਜੀ ਕਰੋ ਸਾਡਾ ਨੋਟ ਬਾਈ ਰਾਜ ਚੰਦਨਾਵਾਂ ਜੀ ਨੱਥੋ ਕਿਆ ਦੀ ਟੀਮ ਆ ਗਈ ਹੈ ਗੁਰਦੁਆਰਾ ਸਾਹਿਬ ਦੀ ਸਾਈਡ ਤੇ ਵਕੀਲਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਦਸ਼ਕ ਵੀਰੋ
ਮੱਲ ਵਕੀਲਾਂ ਵਾਲ ਦਾ ਪਿੰਡ ਹੈ, ਵਕੀਲਾਂ ਵਾਲ ਦੀ ਟੀਮ ਖੇਤਾਂ ਵਾਲੇ ਪਾਸੇ ਖੇਡੇਗੀ। ਲਓ ਜਾਫੀਆਂ ਦੀ ਕਤਾਰ ਦੇ ਵਿੱਚ ਲਾਡਾ ਤੇ ਨਾਲ ਸਖਦੇ ਬੂਈਆਂ ਵਾਲੇ ਦਾ ਤੇ ਨਾਲ ਅਮਨ ਮੇਰੇ ਵੀਰਿਓ। ਲਓ ਪਹਿਲੀ ਕਬੱਡੀ ਹਰਦਾਲ ਹੈਰੀ ਮਾਰ ਦਿਓ ਤਾੜੀਆਂ ਦਰਸ਼ ਕਰੋ, ਕਬੱਡੀ ਦਾ ਸੁਪਰ ਸਟਾਰ ਜੋਧਾ ਉਸ ਵੇਲੇ ਕਬੱਡੀ ਪਾਉਂਦਾ ਹੋਇਆ ਚੱਟਾਨਾ ਵਰਗੇ ਜਾਫੀ। ਲਓ ਇੱਕ ਕਨੀ ਤੇ ਸੋਨਾ ਤੇ ਨਾਲ ਮੇਰੇ ਵੀਰੋ ਬਿੱਲਾ ਤੇ ਗੱਗੂ। ਲਓ ਸਾਹਮਣੇ ਗੱਗੂ ਨਾਲ ਮੁਕਾਬਲਾ ਹੋਇਆ ਪੁਆਇੰਟ, ਜਿਹੜਾ ਹਰਦਿਆਲ ਸਿੰਘ ਇਸ ਵੇਲੇ ਵਕੀਲਾਂ ਵਾਲ ਦੀ ਟੀਮ ਦੇ ਲਈ ਜੋੜਦਾ ਹੋਇਆ। ਆ ਨੌਜਵਾਨ ਖਿਡਾਰੀ ਦਾ ਪਿੰਡ ਘੋਲੀਆ ਮੇਰੇ ਵੀਰੋ, ਇਸ ਵੇਲੇ ਕਮਾਂਡੋ ਦੇ ਨਾਂ ਦੇ ਨਾਲ ਜਾਣਿਆ ਜਾਂਦਾ। ਲਓ ਕਮਾਂਡੋ ਘੋਲੀਏ ਵਾਲਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ, ਬਹੁਤ ਪਿਆਰਾ ਅੰਦਾਜ਼ ਕਬੱਡੀ ਪਾਉਣ ਦਾ ਇਸ ਖਿਡਾਰੀ ਦਾ। ਲਓ ਬੂਈਆਂ ਵਾਲੇ ਦੇ ਸੁਖਦੇਵ ਨੂੰ ਕੀਤਾ ਟੈਕ ਤੇ ਪੁਆਇੰਟ, ਜਿਹੜਾ ਘੋਲੀਏ ਦਾ ਕਮਾਂਡੋ ਇਸ ਵੇਲੇ ਨੱਥੋਕਾ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ। ਅਗਲਾ ਮੈਚ ਬਾਈ ਜੀ ਬੇਨਤੀ ਕਰੀਏ, ਡੇਮਰੂ ਦੀ ਟੀਮ ਵਰਸਜ ਲੰਡੇ ਏ, ਜਲਦੀ ਤੋਂ ਜਲਦੀ ਦੋਨੇ ਟੀਮਾਂ ਗਰਾਊਂਡ 'ਚ ਆ ਜਾਓ, ਬਘੇਲੇ ਵਾਲਾ ਤੇ ਰੋਡੇ ਖਿੱਚ ਲਓ ਤਿਆਰੀ। ਲਓ ਕੁਲਬੀਰ ਸਿੰਘ ਦੀ ਪਾਈ ਹੋਈ ਕਬੱਡੀ, ਆ ਖਿਡਾਰੀ ਸੋਨਾ ਪੱਤੋ ਟੀਮ ਦੇ ਲਈ ਖੇਡਦਾ ਮੇਰੇ ਵੀਰੋ, ਹਰਜੀਤ ਕਬੱਡੀ ਕਲੱਬ ਪੱਤੋ ਹੀਰਾ ਦੇ ਲਈ ਖੇਡਦਾ। ਲਓ ਸੋਨਾ ਨੱਥੋ ਕਹਿੰਦਾ ਬਹੁਤ ਤਕੜਾ ਜੱਫਾ ਲਾਉਂਦਾ ਹੋਇਆ। ਲਓ ਮੈਦਾਨ ਦੇ ਵਿੱਚ ਵੇਖਦੇ ਵੀ ਇਸ ਵੇਲੇ ਬਬਲੀ ਮੇਰੇ ਵੀਰੋ ਰਾਮੇ ਵਾਲਾ ਕਬੱਡੀ ਪਾਉਂਦਾ ਹੋਇਆ, ਬਹੁਤ ਹੀ ਪੈਰਾਂ ਦਾ ਛੋਲਾ ਖਿਡਾਰੀ, ਨਿੱਕੀ ਉਮਰੇ ਵੱਡੀਆਂ ਪਲਾਂਘਾਂ ਪੁੱਟਣ ਵਾਲਾ ਕਬੱਡੀ ਦਾ ਯੋਧਾ ਬਬਲੀ, ਰਾਮਾ ਪਿੰਡ ਹੈ ਮੇਰੇ ਵੀਰੋ। ਲਓ ਨੰਬਰ ਜਿਹੜਾ ਇਸ ਵੇਲੇ ਜੁੜਦਾ ਹੋਇਆ ਨੱਥੋਕਾ ਦੀ ਟੀਮ ਦੇ ਹਿੱਸੇ, ਪਾ ਵੀ ਨੌਜਵਾਨਾਂ ਰੇਡ, ਆ ਖਿਡਾਰੀ ਦਾ ਪਿੰਡ ਹਰਦਾਸਾ ਹੈ ਮੇਰੇ ਵੀਰੋ, ਜਿੱਥੋਂ ਦੇ ਬਹਾਦਰ ਰਾਕਟ ਦੀ ਗੱਲ ਆ ਰੇਡ ਰੇਡ ਪਾਉਣ ਗਿਆ ਸੂਬਾ ਸਰਪੰਚ ਵੱਲੋਂ, 500 ਰੁਪਇਆ ਲਾਤਾ ਇਹਦੇ ਤੇ, ਜਿਹੜਾ ਜੱਫਾ ਲਾਊਗਾ ਨਹੀਂ 500 ਜੀ। ਸਰਦਾਰ ਸੂਬਾ ਸਜੀ ਸਰਪੰਚ ਸਾਹਿਬ 500 ਰੁਪਇਆ ਇਸ ਕਬੱਡੀ ਦੇ ਉੱਤੇ ਲੱਗ ਚੁੱਕਿਆ। ਲਓ ਮੇਰੇ ਵੀਰੋ ਮਾਰ ਦਿਓ ਤਾੜੀਆਂ। ਲਓ ਪੁਆਇੰਟ ਜਿਹੜਾ ਮੇਰੇ ਵੀਰੋ ਇਸ ਵੇਲੇ ਗੱਗੂ ਆਖਦੇ ਵੀ ਨੱਥੋਕਾ ਦੀ ਧਰਤੀ ਦਾ ਬਹੁਤ ਤਕੜਾ ਜੱਫਾ ਲਾ ਕੇ 500 ਰੁਪਇਆ ਆਪਣੀ ਝੋਲੀ ਦੇ ਵਿੱਚ ਪਾ ਲਿਆ ਇਸ ਜਾਫੀ ਨੇ। ਬਹੁਤ ਬਹੁਤ ਧੰਨਵਾਦ ਸਰਪੰਚ ਸੂਬਾ ਸਜੀ ਹੋਣਾਂ ਦਾ, ਜਿਹੜੇ ਖਿਡਾਰੀਆਂ ਦਾ ਬਹੁਤ ਵੱਡਾ ਮਾਣ ਕਰਦੇ ਨੇ। ਲਓ ਕਮਾਂਡੋ ਘੋਲੀਏ ਵਾਲਾ ਕਬੱਡੀ ਪਾਉਂਦਾ ਹੋਇਆ, ਇੱਕ ਪਾਸੇ ਬੂਈਆਂ ਵਾਲੇ ਦਾ ਸਖਦੇ ਮੇਰੇ ਵੀਰੋ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ, ਕੇਵਲ ਬੂਈਆਂ ਵਾਲੇ ਇੱਕ ਪ੍ਰਮੋਟਰ ਦਾ ਪਿੰਡ ਹੈ, ਪਰ ਨੰਬਰ ਜਿਹੜਾ ਕਮਾਂਡੋ ਘੋਲੀਏ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਬਹੁਤ ਵੱਡਾ ਕਬੱਡੀ ਕੱਪ ਘੋਲੀਏ ਦੀ ਧਰਤੀ ਤੇ ਮੇਰੇ ਵੀਰੋ 26-27 ਤੇ 28 ਦਸੰਬਰ ਨੂੰ ਕਰਵਾਇਆ ਜਾਂਦਾ। ਲਓ ਸਾਹਮਣੇ ਕੁਲਬੀਰ ਸਿੰਘ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਇਹ ਖਿਡਾਰੀ। ਲਓ ਦੂਸਰਾ ਜੱਫਾ ਹੋਵੇਗਾ ਮੇਰੇ ਵੀਰੋ ਗੱਗੂ ਨੱਥੋਕਾ ਵਾਲੇ ਦਾ ਜੇ ਜੱਫਾ ਲੱਗੇਗਾ। ਲਓ ਪੁਆਇੰਟ ਜਿਹੜਾ ਗੱਗੂ ਨੱਥੋਕਾ ਵਾਲਾ ਲਾ ਜੱਫਾ ਆਪਣੀ ਟੀਮ ਦੇ ਲਈ ਪ੍ਰਾਪਤ ਕਰਦਾ ਹੋਇਆ। ਡੇਮਰੂ ਤੇ ਲੰਡੇ ਜਲਦੀ ਪਹੁੰਚੋ, ਡੇਮਰੂ ਤੇ ਲੰਡੇ ਏ। ਲਓ ਮੇਰੇ ਵੀਰੋ ਰਾਮੇ ਦੀ ਧਰਤੀ ਦਾ ਬਬਲੀ ਇਸ ਵੇਲੇ ਕਬੱਡੀ ਪਾਉਂਦਾ ਹੋਇਆ, ਇੱਕ ਕੰਨੀ ਦੇ ਉੱਤੇ ਲਾਡਾ ਤੇ ਦੂਸਰੀ ਕੰਨੀ ਤੇ ਸੁਖਦੇਵ ਤੇ ਨਾਲ ਅਮਨ ਮੇਰੇ ਵੀਰੋ। ਲਓ ਕਿਹੜਾ ਜਾਫੀ ਲਾਉਂਦਾ ਵੱਧ ਕੇ ਜੱਫਾ, ਇੱਕ ਪਾਸੇ ਲਾਡਾ ਭਾਰੀ ਵਜਨ ਮੇਰੇ ਵੀਰੋ ਤੇ ਦੂਸਰੇ ਪਾਸੇ ਹਲਕਾ ਜਾ ਗੱਭਰੂ ਬਬਲੀ ਰਾਮੇ ਵਾਲਾ ਪਾ ਕਬੱਡੀ, ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਬੜਾ ਪਿਆਰਾ ਅੰਦਾਜ਼ ਇਸ ਖਿਡਾਰੀ ਦਾ ਕਬੱਡੀ ਪਾਉਣ ਦਾ। ਲਓ ਮੇਰੇ ਵੀਰੋ ਅਗਲੀ ਕਬੱਡੀ ਜਿਹੜੀ ਵਕੀਲਾਂ ਵਾਲੀ ਦੀ ਧਰਤੀ ਦਾ ਮਾਣ ਕਮੋਤੀ ਇਸ ਵੇਲੇ ਮੈਦਾਨ ਦੇ ਵਿੱਚ ਪਾਉਂਦਾ ਹੋਇਆ, ਕਿ ਪੰਛੀ ਜਿਵੇਂ ਭਰਦੇ ਨੇ ਉਡਾਨਾ ਸਮਾਨਾਂ ਦੇ ਵਿੱਚ, ਉਵੇਂ ਭਰਦੇ ਨੇ ਉਡਾਨਾ ਖਿਡਾਰੀ ਮੈਦਾਨਾਂ ਦੇ ਵਿੱਚ, ਪਰਖੇ ਜਾਣੇ ਨੇ ਜ਼ੋਰ ਜਵਾਨਾਂ ਵਿੱਚ, ਸਾਰਿਆਂ ਦੇ ਸਾਹਮਣੇ ਚੰਨ ਵਾਂਗੂ ਚਮਕੂਗਾ ਕੌਣ ਅੱਜ ਤਾਰਿਆਂ ਦੇ ਸਾਹਮਣੇ। ਲਓ ਕੀ ਫੈਸਲਾ ਵੀ ਦੱਸੀ ਨੌਜਵਾਨਾਂ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ, ਨੰਬਰ ਮੇਰੇ ਵੀਰੋ ਨੱਥੋਕਿਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਲੰਡੇ ਏ ਤੇ ਡੇਮਰੂ, ਹੱਥ ਖੜਾ ਕਰੋ ਜੀ ਡੇਮਰੂ ਦੀ ਟੀਮ, ਡੇਮਰੂ ਆ ਗਏ, ਲੰਡੇ ਏ ਨੂੰ 1 ਮਿੰਟ ਦੇਵਾਂਗੇ, ਜੇਕਰ 1 ਮਿੰਟ ਦੇ ਵਿੱਚ ਲੰਡੇ ਆ ਗਏ ਠੀਕ ਆ, ਨਹੀਂ ਤਾਂ ਲੰਡਿਆਂ ਦੀ ਟੀਮ ਸਕ੍ਰੈਚ ਕਰ ਦਿੱਤੀ ਜਾਵੇਗੀ। ਲਓ ਕਮਾਂਡੋ ਘੋਲੀ ਵਾਲਾ ਕਬੱਡੀ ਪਾਉਂਦਾ ਹੋਇਆ, ਪੁਆਇੰਟ ਮੇਰੇ ਵੀਰੋ ਨੱਥੋਕਾ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ।
ਬਾਏ ਨੌਜਵਾਨਾਂ ਲਓ ਸਿੰਘ ਸਰਦਾਰ ਮੇਰੇ ਵੀਰੋ ਬਹੁਤ ਤਕੜਾ ਜੱਫਾ ਲਾਉਂਦਾ ਹੋਇਆ ਗਿਆਨੀ ਨੱਥੋਕਿਆਂ ਵਾਲਾ ਪੁਆਇੰਟ। ਹਾਂਜੀ ਵੀਰ ਜੀ ਬਿੰਦਰ ਉਦੋਂ ਅਗਲੀਆਂ ਟੀਮਾਂ ਵੀ ਬੋਲਦੇ ਸਾਰੀਆਂ ਸਾਰੇ ਮੈਚ ਬੋਲਦੇ। ਬਖਤਾਰ ਵੀਰੇ ਡੇਮਰੂ ਦੀ ਟੀਮ ਜਿਹੜੀ ਗਰਾਊਂਡ ਦੇ ਲਾ ਕੇ ਆ ਗਈ ਆ, ਲੰਡੇ ਏ ਦੀ ਟੀਮ ਹੱਥ ਖੜਾ ਕਰੋ ਜੀ, ਲੰਡੇ ਏ, ਲੰਡੇ ਏ ਦੀ ਟੀਮ ਨੂੰ ਸਕ੍ਰੈਚ ਕਰਨ ਜਾ ਰਹੇ ਆ। ਉਸ ਤੋਂ ਅੱਗੇ ਬਘੇਲੇ ਵਾਲਾ ਤੇ ਰੋਡੇ, ਇਹ ਦੋਨੇ ਟੀਮਾਂ ਐਂਟਰੀ ਬਾਕਸ। ਗਿਆਨੀ ਵੀਰੇ ਇਸ ਨਾਲ ਹੀ ਮੁਕਾਬਲਾ ਜੀ ਸਮਾਪਤ। ਲਓ ਜੀ ਪੁਆਇੰਟਾਂ ਦਾ ਵੇਰਵਾ ਸਾਂਝਾ ਕਰਦੇ ਆ। ਨੱਥੋਕਾਂ ਦੀ ਟੀਮ ਦੇ ਨੰਬਰ ਨੇ 11 ਤੇ ਵਕੀਲਾਂ ਵਾਲੇ ਦੀ ਟੀਮ ਦਾ ਇਹ ਪੁਆਇੰਟ ਨੇ 1:30 ਵਜੇ 11 ਪੁਆਇੰਟਾਂ ਦੇ ਨਾਲ ਇਸ ਮੈਚ ਦੇ ਵਿੱਚੋਂ ਨੱਥੋਕੇ ਜਿੱਤ ਗਏ ਜੀ। ਨੱਥੋਕਾਂ ਦੇ ਜਿਹੜੇ ਜਾਫੀ ਨੇ ਜੱਫਾ ਲਾਇਆ ਸੀ ਉਹ 500 ਰੁਪਇਆ ਸਾਡੇ ਸਟੇਜ ਚੋਂ ਲੈ ਜੇ ਆ ਕੇ। ਲੰਡੇ ਏ ਤੇ ਡੇਮਰੂ, ਲੰਡੇ ਏ ਆ ਗਈ ਖਾਲਸਾ ਜੀ, ਮਿਹਰਬਾਨੀ ਧੰਨਵਾਦ। ਬਘੇਲੇ ਵਾਲਾ ਤੇ ਰੋਡੇ ਬਾਹਰ ਇਹ ਟੀਮਾਂ ਵਾਰਮ ਅਪ ਰਹਿਣਗੀਆਂ। ਰਾਣਾ ਆ ਗਿਆ ਨੱਥੂ ਵਾਲਾ ਗਰਭੀ ਦਾ ਮੇਰੇ ਵੀਰੋ, ਬਹੁਤ ਤਕੜਾ ਖੇਡਿਆ, ਇੱਕ ਵਾਰੀ ਤਾੜੀ ਮਾਰਦੇ ਹੋ ਦਰਸ਼ਕ ਵੀਰੋ, ਰਾਣਾ ਨੱਥੂ ਵਾਲਾ ਗਰਭੀ ਬਹੁਤ ਤਕੜਾ ਖੇਡਿਆ ਖਿਡਾਰੀ ਮੇਰੇ ਵੀਰੋ। ਪਰ ਮੇਰੇ ਵੀਰੋ ਕੁਝ ਸੱਟਾਂ ਫੇਟਾਂ ਦੇ ਕਾਰਨ ਇਸ ਖਿਡਾਰੀ ਨੂੰ ਵੀ ਕਾਫੀ ਲੰਮਾ ਸਮਾਂ ਗਰਾਊਂਡਾਂ ਤੋਂ ਦੂਰ ਹੋਣਾ ਪਿਆ। ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਾਂਗੇ ਇਹ ਖਿਡਾਰੀ ਇੱਕ ਵਾਰੀ ਫੇਰ ਮੈਦਾਨ ਦੇ ਵਿੱਚ ਚਮਕੇ। ਸਾਡੀਆਂ ਮਨ ਤੋਂ ਸੱਚੇ ਮਨ ਤੋਂ ਦੁਆਵਾਂ ਨੇ ਇਸ ਖਿਡਾਰੀ ਦੇ ਲਈ ਕਿ ਪ੍ਰਮਾਤਮਾ ਇਸ ਖਿਡਾਰੀ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਦੇਵੇ। ਲਓ ਮੇਰੇ ਵੀਰੋ, ਇੱਕ ਪਾਸੇ ਲੰਡੇ ਤੇ ਦੂਸਰੇ ਪਾਸੇ ਡੇਮਰੂ ਦੀ ਟੀਮ ਖੇਡੇਗੀ, ਮੁਕਾਬਲਾ ਬਹੁਤ ਤਕੜਾ ਖੇਡਿਆ ਜਾਵੇਗਾ। ਨਾਲ ਹੀ ਆਪਾਂ ਬੇਨਤੀ ਕਰਦੇ ਹਾਂ ਬਘੇਲੇ ਵਾਲਾ ਤੇ ਰੋਡੇ, ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਟੂਰਨਾਮੈਂਟ ਕਮੇਟੀ ਦੇ ਸਾਰੇ ਸਾਡੇ ਵੀਰ ਜਿਨ੍ਹਾਂ ਨੇ ਬਹੁਤ ਹੀ ਮੇਰੇ ਵੀਰੋ ਮਿਹਨਤ ਦੇ ਨਾਲ ਲਗਨ ਦੇ ਨਾਲ ਟੂਰਨਾਮੈਂਟ ਤੇ ਕਰਵਾਇਆ। ਲੰਡੇ ਏ ਇੱਕ ਦੋ ਖਿਡਾਰੀ ਆਏ ਨੇ, ਬਾਕੀ ਟੀਮ ਦਾ ਇੰਤਜ਼ਾਰ ਕੀਤਾ ਜਾ ਰਿਹਾ। ਲਓ ਜੀ ਲੰਡੇ ਏ ਦਾ ਕਮਲ ਆ ਗਿਆ, ਬਹੁਤ ਬਹੁਤ ਧੰਨਵਾਦ ਜੀ। ਮਹਾਨ ਕਬੱਡੀ ਖਿਡਾਰੀ ਤਾਰ ਲੰਡਿਆਂ ਵਾਲਾ ਵੀ ਪਹੁੰਚ ਗਿਆ, ਬਹੁਤ ਬਹੁਤ ਧੰਨਵਾਦ ਜੀ। ਦੁਨੀਆਂ ਦਾ ਮਹਾਨ ਖਿਡਾਰੀ ਮੇਰੇ ਵੀਰੇ, ਪਹਾੜ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਦੁਨੀਆਂ ਦਾ ਰੁਸਤਮ ਖਿਡਾਰੀ, ਘੋਲੀਏ ਦੀ ਧਰਤੀ ਤੇ ਦੁੱਲੇ ਸੁਰਖਪੁਰੀਏ ਨੂੰ 2000 ਮੇਰੇ ਵੀਰੇ 11 ਦੇ ਵਿੱਚ ਬਹੁਤ ਤਕੜੇ ਜੱਫੇ ਲਾਏ ਸੀ ਲੰਡਿਆਂ ਦੇ ਤਾਰ ਨੇ। ਗੀਤਾ ਕੋੜ ਕੋੜੀਆ ਵੀ ਬਹੁਤ ਤਕੜਾ ਖੇਡਿਆ ਮੇਰੇ ਵੀਰੇ, ਸਮੇਂ ਸਮੇਂ ਸਿਰ ਖਿਡਾਰੀ ਆਪੋ ਆਪਣੀਆਂ ਸੰਦਲੀ ਪੈੜਾਂ ਛੱਡ ਕੇ ਗਏ ਨੇ ਮੈਦਾਨਾਂ ਦੇ ਵਿੱਚ, ਜਿਨ੍ਹਾਂ ਦਾ ਮੇਰੇ ਵੀਰੇ ਸਿੱਕਾ ਚੱਲਿਆ, ਜਿਨ੍ਹਾਂ ਦੇ ਨਾਂ ਦਾ ਆਓ ਆ ਗਿਆ ਮੇਰੇ ਵੀਰੇ ਗਗਨ ਸਿੰਘ ਸ਼ੂਸ਼ਕ ਦੀ ਧਰਤੀ ਦਾ ਤੇ ਨਾਲ ਦੀਪਾ ਲੰਡਿਆਂ ਦਾ ਤੇ ਨਾਲ ਤਾਰ ਆ ਗਿਆ ਮੇਰੇ ਵੀਰੇ ਬੁਰਜ ਵਰਗਾ ਖਿਡਾਰੀ, ਪਹਾੜ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਲੰਡਿਆਂ ਦਾ ਤਾਰ ਮੇਰੇ ਵੀਰੇ। ਲਓ ਜੀ ਕਰਾਓ ਮੁਕਾਬਲਾ ਸ਼ੁਰੂ। 10:30 ਤੇ 11 ਤੇ ਬਾਜੀ ਜਿੱਤ ਹਾਰ ਦੇ ਫੈਸਲੇ ਹੋਣੇ ਆ ਰਫੀ ਸਾਹਿਬ। ਬਘੇਲੇ ਵਾਲਾ ਤੇ ਰੋਡੇ ਐਂਟਰੀ ਬਾਕਸ 'ਚ ਆ ਜਾਓ। ਇੱਧਰ ਇੱਲੀ ਬਾਜੀ ਗਰੀਬ ਘਰ ਦਾ ਬੱਚਾ ਸਿਰ ਤੇ ਮਾਤਾ ਪਿਤਾ ਦਾ ਸਾਇਆ ਨਹੀਂ, ਇਹਨੇ ਵੀ ਗਰਾਊਂਡ ਦੇ ਚੱਕਰ ਲਾਏ ਆ ਦਰਸ਼ਕ ਵੀਰੋ, ਇਹਦਾ ਵੀ ਮਾਣ ਸਨਮਾਨ ਜ਼ਰੂਰ ਕਰਿਓ, ਬਹੁਤ ਬਹੁਤ ਧੰਨਵਾਦ ਜੀ। ਬਿਗਲ ਵੱਜਿਆ ਕੂਚ ਦਾ ਹੁਕਮ ਹੋਇਆ, ਚੜੇ ਸੂਰਮੇ ਪੁੱਤ ਦਲੇਰ ਮੀਆਂ, ਨਿਕਲੇ ਪੁੱਤ ਸਰਦਾਰਾਂ ਦੇ ਸ਼ੈਲ ਬਣ ਕੇ, ਜੋ ਵਿਹਲਿਓ ਨਿਕਲਦੇ ਸ਼ੇਰ ਮੀਆਂ। ਮਾਰੋ ਜੀ ਵਿਸਲ, ਕਰਾਈਏ ਮੁਕਾਬਲਾ ਸ਼ੁਰੂ। ਨਾਲ ਹੀ ਸਾਡਾ ਵੀਰ ਬਿੱਟੂ ਕਾਲੇ ਕਿਤੇ ਸੱਤੂ ਜੈਮਲ ਵਾਲਾ ਬਹੁਤ ਵੱਡਾ ਮਾਣ ਆਪਣੇ ਛੋਟੇ ਵੀਰ ਦੇ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਨੇ, ਧੰਨਵਾਦ ਕਰਾਂਗੇ ਸਾਡੇ ਵੀਰਾਂ ਦਾ। ਲਓ ਜੀ ਲੰਡਿਆਂ ਦੀ ਟੀਮ ਆ ਗਈ ਆ ਖੇਤਾਂ ਵਾਲੇ ਪਾਸੇ ਤੇ ਡੇਮਰੂ ਦੀ ਟੀਮ ਮੇਰੇ ਵੀਰੇ ਚਲੀ ਗਈ ਆ ਜਿਹੜੀ ਇਸ ਵੇਲੇ ਗੁਰਦੁਆਰਾ ਸਾਹਿਬ ਦੀ ਗੇਟ ਵਾਲੇ ਪਾਸੇ। ਡੇਮਰੂ ਖੇਡੇਗਾ ਤੇ ਲੰਡਿਆਂ ਦੀ ਟੀਮ ਦੇ ਜਾਫੀ ਜੱਫੇ ਲਾਉਣਗੇ ਖੇਤਾਂ ਵਾਲੇ ਪਾਸੇ ਜੀ।
ਬਹੁਤ ਬਹੁਤ ਧੰਨਵਾਦ ਜੀ ਸਾਡਾ ਬਹੁਤ ਹੀ ਸਤਿਕਾਰਯੋਗ ਵੀਰ ਕਬੱਡੀ ਕੋਚ ਸੀਪਾ ਆਲਮਲਾ ਮਨਜਿੰਦਰ ਸਿੰਘ ਪੂਰਾ ਨਾਮ ਹੈ ਪਰ ਸੀਪੇ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਨੌਜਵਾਨ ਅੱਜ ਬਾਬਾ ਚਮਕੌਰ ਸਿੰਘ ਜੀ ਤੇ ਬਾਬਾ ਸ਼ਿੰਦਰ ਸਿੰਘ ਜੀ ਉਹਨਾਂ ਦੇ ਵੱਲੋਂ ਸੀਪੇ ਆਲਮ ਵਾਲੇ ਦਾ ਵੀ ਮਾਣ ਸਨਮਾਨ ਹੋਵੇਗਾ ਲਓ ਪਹਿਲਾ ਡੇਰਾ ਨੰਬਰ ਮੇਰੇ ਵੀਰੋ ਇਸ ਵੇਲੇ ਜੁੜਦਾ ਹੋਇਆ ਡੇਮਰੂ ਦੀ ਟੀਮ ਦੇ ਹਿੱਸੇ ਹੈਲੋ ਜਿੰਨੇ ਰਾਣਾ ਨੱਥੂ ਵਾਲਿਆ ਜੱਫੇ ਲਾਊਗਾ ਲਖਵੀਰ ਸਿੰਘ ਤੇ ਸੂਬਾ ਸਿੰਘ ਸਰਪੰਚ ਇਹਨਾਂ ਵੱਲੋਂ 500 ਰੁਪਇਆ ਜਿੰਨੇ ਰਾਣਾ ਜੱਫੇ ਲਾਊ ਲਓ ਇੱਕ ਕੰਨੀ ਦੇ ਉੱਤੇ ਰਾਣਾ ਨੱਥੂ ਵਾਲਾ ਗਰਬੀ ਦੀ ਧਰਤੀ ਦਾ ਸਮਾਦ ਭਾਈ ਦੇ ਕਬੱਡੀ ਕੱਪ ਤੇ ਮੇਰੇ ਵੀਰੇ 2009 ਦੇ ਵਿੱਚ ਉੱਤਮ ਜਾਫੀ ਲਾਨਿਆ ਗਿਆ ਲਓ ਗਗਨ ਸ਼ੂਸ਼ਕ ਦਾ ਇਸ ਵੇਲੇ ਕਬੱਡੀ ਪਾ ਕੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਪੁਆਇੰਟ ਮੇਰੇ ਵੀਰੇ ਲੰਡਿਆ ਦੇ ਹਿੱਸੇ ਜੋੜਦਾ ਹੋਇਆ ਪਾ ਵੀ ਨੌਜਵਾਨਾਂ ਕਬੱਡੀ ਲਓ ਡੇਮਰੂ ਦਾ ਮਾਣ ਕਮੋਤੀ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਆ ਵੀ ਦਰਸ਼ਕ ਵੀਰੇ 19 ਸਾਲਾਂ ਦੀ ਉਮਰ ਦਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਡੇਮਰੂ ਦੀ ਧਰਤੀ ਦਾ ਲਓ ਚਟਾਨਾ ਵਰਗੇ ਸਰਕਾਰੀ ਸਕੂਲ ਦੇ ਥੰਮਾਂ ਵਰਗੇ ਜਾਫੀ ਲਓ ਲੰਡਿਆਂ ਦੇ ਨੌਜਵਾਨ ਦੀਆਂ ਭਰੀਆਂ ਹੋਈਆਂ ਬਗਲਾਂ ਇੱਕ ਪਾਸੇ ਪਾਉਂਦਾ ਹੋਇਆ ਕਬੱਡੀ ਮੇਰੇ ਵੀਰੋ ਡੇਮਰੂ ਵਾਲਾ ਇਹ ਫੈਸਲਾ ਹੋਵੇਗਾ ਰੈਫਰੀ ਦਾ ਲਓ ਪੁਆਇੰਟ ਮੇਰੇ ਵੀਰੋ ਜੁੜਦਾ ਹੋਇਆ ਲੰਡਿਆਂ ਦੀ ਟੀਮ ਦੇ ਹਿੱਸੇ ਉੱਚਾ ਲੰਮਾ ਤੇ ਬੁਰਜ ਵਰਗਾ ਜੁੱਸਾ ਭਰਮਾ ਲੰਡਿਆਂ ਦੇ ਤਾਰ ਦਾ ਏ ਲਓ ਮੇਰੇ ਵੀਰੋ ਸਾਹਮਣੇ ਕਮਲ ਲੰਡਿਆਂ ਵਾਲਾ ਕਬੱਡੀ ਪਾਉਂਦਾ ਹੋਇਆ ਇੱਕ ਕਮਲ ਕੁੱਸੇ ਵਾਲਾ ਕਬੱਡੀ ਦਾ ਸਟਾਰ ਖਿਡਾਰੀ ਹੋਇਆ ਮੇਰੇ ਵੀਰੋ ਲਓ ਕਮਲ ਕਮਲ ਦੇ ਫੁੱਲ ਵਰਗਾ ਲੰਡਿਆਂ ਦਾ ਕਮਲ ਕਬੱਡੀ ਪਾਉਂਦਾ ਹੋਇਆ ਪੁਆਇੰਟ ਮੇਰੇ ਵੀਰੋ ਲੰਡਿਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਮਨਜਿੰਦਰ ਸੀਪਾ ਮੇਰੇ ਵੀਰੋ ਜਿਸ ਨੌਜਵਾਨ ਦਾ ਅੱਜ ਮਾਣ ਸਨਮਾਨ ਇੱਥੇ ਹੋਣਾ ਇਸ ਨੌਜਵਾਨ ਨੇ ਮੇਰੇ ਵੀਰੋ 2011 ਦੇ ਵਿੱਚ ਨੇਪਾਲ ਦੀ ਟੀਮ ਦੀ ਕੋਚਿੰਗ ਕੀਤੀ ਵਰਲਡ ਕਬੱਡੀ ਕੱਪ ਦੇ ਵਿੱਚ ਤੇ 2012 ਦੇ ਵਿੱਚ ਕੀਨੀਆ ਦੀ ਟੀਮ ਨੂੰ ਕੋਚਿੰਗ ਦਿੱਤੀ ਵਰਲਡ ਕਬੱਡੀ ਕੱਪ ਦੇ ਵਿੱਚ ਨੌਜਵਾਨ ਨੇ ਅੱਜ ਬਾਬਾ ਸ਼ਿੰਦਰ ਸਿੰਘ ਜੀ ਤੇ ਬਾਬਾ ਸਾਡੇ ਚਮਕੌਰ ਸਿੰਘ ਜੀ ਉਹਨਾਂ ਦੇ ਵੱਲੋਂ ਮਨਜਿੰਦਰ ਸੀਪੇ ਆਲਮ ਵਾਲੇ ਦਾ ਵੀ ਮਾਣ ਹੋਵੇਗਾ ਸੇਵਕ ਭਾਣੇ ਵਾਲੇ ਕਬੱਡੀ ਖਿਡਾਰੀ ਦਾ ਤੇ ਸੋਨੇ ਘੱਲਾਂ ਵਾਲੇ ਦਾ ਮੇਰੇ ਵੀਰੋ ਚੰਦ ਨਵੇਂ ਦੀ ਟੂਰਨਾਮੈਂਟ ਕਮੇਟੀ ਦੇ ਵੱਲੋਂ ਤੇ ਨਗਰ ਵੱਲੋਂ ਵੀ ਮਾਣ ਸਨਮਾਨ ਜਿਹੜਾ ਕੀਤਾ ਜਾਵੇਗਾ ਲਓ ਦੀਪਾ ਲੰਡਿਆਂ ਦਾ ਬਹੁਤ ਤਗੜਾ ਜੱਫਾ ਲਾਉਂਦਾ ਹੋਇਆ ਉਹ ਗੱਭਰੂ ਚੋਟੀ ਦੇ ਰਾਜਾ ਬਾਜ ਤੇ ਤੀਰਥ ਦੀਪਾ ਹਾੜਾ ਬਾਜੋ ਨਸ਼ਿਆਂ ਤੋਂ ਕਾਹਦਾ ਜ਼ਿੰਦਗੀ ਨਾ ਸ਼ਰੀਕਾ ਕਾਹੇ ਮੱਖਣ ਬਰਾੜਾਂ ਦਾ ਸ਼ਰਦੋ ਨਸ਼ੇ ਵਾਸਤੇ ਪਾ ਕੇ ਆ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾ ਬਹਿਜਾ ਗੋਡੀ ਲਾ ਕੇ ਇੱਕ ਪਾਸੇ ਚੱਕਰ ਦੀ ਧਰਤੀ ਦਾ ਕਰਮਾ ਮੇਰੇ ਵੀਰੋ ਬਹੁਤ ਤਗੜਾ ਖੇਡਿਆ 1999 ਦੇ ਵਿੱਚ ਪਾਕਿਸਤਾਨ ਦੇ ਵਿਰੁੱਧ ਖੇਡਣ ਦਾ ਮੌਕਾ ਮਿਲਿਆ ਇਸ ਖਿਡਾਰੀ ਨੂੰ ਲਓ ਸਾਹਮਣੇ ਸ਼ੂਸ਼ਕ ਦਾ ਗਗਨ ਕਬੱਡੀ ਪਾਉਂਦਾ ਹੋਇਆ ਪਰ ਪੁਆਇੰਟ ਜਿਹੜਾ ਮੇਰੇ ਵੀਰੋ ਇਸ ਵੇਲੇ ਡੇਮਰੂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਦੋ ਬਾਬੇ ਚਮਕੌਰ ਸਿੰਘ ਜੀ ਸਾਡੇ ਵੀਰ ਜੀ ਸ਼ਿੰਦਰ ਸਿੰਘ ਜੀ ਇਹਨਾਂ ਸਾਡੇ ਮਹਾਂਪੁਰਸ਼ਾਂ ਦੇ ਵੱਲੋਂ ਸੀਪੇ ਦਾ ਮਾਣ ਹੋਵੇਗਾ ਲਓ ਸਾਹਮਣੇ ਲੰਡਿਆਂ ਦਾ ਨੌਜਵਾਨ ਇਸ ਵੇਲੇ ਮੇਰੇ ਵੀਰੋ ਡੱਕਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਲਓ ਲੱਗ ਗਿਆ ਜੱਫਾ ਧਾਵੀ ਗਿਆ ਡੱਕਿਆ ਮੇਰੇ ਵੀਰੋ ਆਰ ਪੁਆਇੰਟ ਜਿਹੜਾ ਲੰਡਿਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਬਘੇਲੇ ਵਾਲਾ ਹੱਥ ਖੜਾ ਕਰੋ ਜੀ ਬਘੇਲੇ ਵਾਲਾ ਰੋਡਿਆਂ ਦੀ ਟੀਮ ਹੱਥ ਖੜਾ ਕਰੋ ਜੀ ਰੋਡੇ ਰੋਡਿਆਂ ਦੀ ਟੀਮ ਜਲਦੀ ਪਹੁੰਚੇ ਜੀ ਆ ਗਏ ਜੀ ਰੋਡੇ ਵੀ ਪਹੁੰਚ ਗਏ ਨੇ ਧੰਨਵਾਦ ਆਖਾਂਗੇ ਖਿਡਾਰੀ ਵੀਰਾਂ ਨੂੰ ਨਾਲ ਹੀ ਸਾਫੂ ਵਾਲਾ ਤੇ ਗੁੱਜਰ ਵਾਲਾ ਬਾਬਾ ਨਛੱਤਰ ਸਿੰਘ ਜੀ ਕਲੱਬ ਪੰਜ ਗ੍ਰਾਈ ਤੇ ਲੰਡੇ ਬੀ ਦੀਆਂ ਟੀਮਾਂ ਵੀ ਤਿਆਰੀ ਖਿੱਚ ਲਓ ਲਓ ਆਓ ਸਾਹਮਣੇ ਕਮਲ ਲੰਡਿਆਂ ਦਾ ਤੇ ਦੂਸਰੇ ਪਾਸੇ ਨੱਥੂ ਵਾਲੇ ਗਰਬੀ ਦਾ ਰਾਣਾ ਮੇਰੇ ਵੀਰੇ ਬਾਈ ਗਰਜੰਟ ਕੈਨੇਡਾ ਤੇ ਅਮਰ ਆਸਟ੍ਰੇਲੀਆ ਵਾਲਾ ਵੀ ਸਾਡੇ ਨਾਲ ਨਿਰਧ ਉੱਤੇ ਜੁੜੇ ਹੋਏ ਨੇ ਖਿਡਾਰੀਆਂ ਦੇ ਮਾਣ ਕਰਦੇ ਨੇ
ਇੱਕ ਇੱਕ ਕਬੱਡੀ ਤੇ ਬਹੁਤ ਸਾਰਾ ਪੈਸਾ ਲੱਗ ਰਿਹਾ। ਲਓ ਦੇਵਰੂ ਵਾਲਾ ਗੱਭਰੂ ਕਬੱਡੀ ਪਾ ਕੇ ਨੰਬਰ ਆਪਣੀ ਟੀਮ ਦੇ ਉੱਤੇ ਜੋੜਦਾ ਹੋਇਆ। ਲੈ ਵੀ ਚੋਟੀਆਂ ਵਾਲਿਆ ਚੈਣਿਆ, ਆਹ ਨੌਜਵਾਨ ਦਾ ਪਿੰਡ ਸ਼ੂਸ਼ਕ ਹੈ, ਫਿਰੋਜ਼ਪੁਰ ਜ਼ਿਲ੍ਹਾ, ਗਗਨ ਸਿੰਘ ਮੇਰੇ ਵੀਰੋ। ਸੱਟ ਲੱਗਣ ਦੇ ਕਾਰਨ ਵੀ ਖਿਡਾਰੀ ਮੇਰੇ ਵੀਰੋ ਦੋ ਤਿੰਨ ਸਾਲ ਮੈਦਾਨਾਂ ਤੋਂ ਦੂਰ ਰਿਹਾ, ਪਰ ਸੱਚੇ ਪਾਤਸ਼ਾਹ ਨੇ ਪਾਰ ਕਿਰਪਾ ਕੀਤੀ, ਫਿਰ ਮੈਦਾਨ ਦੇ ਵਿੱਚ ਆਇਆ। ਲਓ ਇੱਕ ਪਾਸੇ ਡੇਮਰੂ ਵਾਲਾ ਤੇ ਦੂਸਰੇ ਪਾਸੇ ਨੌਜਵਾਨ ਗਗਨ ਸ਼ੂਸ਼ਕ ਦਾ ਕਬੱਡੀ ਪਾਉਂਦਾ ਹੋਇਆ। ਲਓ ਭਰੀਆਂ ਹੋਈਆਂ ਬਗਲਾਂ ਮੇਰੇ ਵੀਰੋ, ਜਾਫੀ ਦੀਆਂ ਤੇ ਲੱਗਦਾ ਹੋਇਆ ਜੱਫਾ ਆਲੇ ਦਰਜੇ ਦਾ। ਲਓ ਪੁਆਇੰਟ ਮੇਰੇ ਵੀਰੋ ਡੇਮਰੂ ਦੇ ਉੱਤੇ ਜੁੜਦਾ ਹੋਇਆ। ਖੜ ਖੜ ਲੋਕੀ ਗੱਲਾਂ ਕਰਦੇ ਬਿੱਟੂ ਦਗਾਲ ਦੀਆਂ, ਵਿੱਚ ਵਿਦੇਸ਼ਾਂ ਤੋਂ ਮਾਂ ਪਈਆਂ ਨੇ ਗਰਲਾਲ ਦੀਆਂ, ਬਾਜੇ ਖਾਨੇ ਜੰਮਿਆ ਸੀ ਹਰਜੀਤ ਬਰਾੜਾਂ ਦੇ, ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ। ਲਓ ਚਟਾਨਾਂ ਵਰਗੇ ਲੰਡਿਆਂ ਦੇ ਜਾਫੀ ਮੇਰੇ ਵੀਰੋ, ਹੋਇਆ ਮੁਕਾਬਲਾ ਨੌਜਵਾਨ ਦੇ ਨਾਲ, ਸਾਹਮਣੇ ਮੈਦਾਨ ਦੇ ਵਿੱਚ ਵੇਖਾਂਗੇ। ਪੁਆਇੰਟ ਮੇਰੇ ਵੀਰੋ ਜਾਫੀ ਦੇ ਉੱਤੇ ਜੁੜਦਾ ਹੋਇਆ। ਇੱਧਰ ਸਾਡੇ ਡਬਈ ਵਾਲੇ ਬਾਈ ਜੀ ਹੁਣੀ ਵੀ ਖਿਡਾਰੀਆਂ ਦਾ ਮਾਣ ਕਰਦੇ ਹੋਏ, ਲਓ ਸਾਹਮਣੇ ਬਹੁਤ ਤਗੜਾ ਮੇਰੇ ਵੀਰੋ ਜੱਫਾ ਲਾ ਕੇ ਬਹੁਤ ਤਗੜਾ ਪੁਆਇੰਟ ਲੰਡਾ ਦਾ ਨੌਜਵਾਨ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਬਾਈ ਵਾਹ, ਪੁਆਇੰਟ ਜਿਹੜਾ ਫਿਰ ਕਮਲ ਲੰਡਿਆਂ ਦਾ ਪਾ ਕਬੱਡੀ ਆਪਣੀ ਟੀਮ ਦੇ ਉੱਤੇ ਜੋੜਦਾ ਹੋਇਆ। ਮੱਖਣ ਚ ਰਹਿ ਕੇ ਚੈਣੇ ਸਾਧੂ ਪੱਤੋ ਵਾਲੇ ਦੇ, ਚੰਡੇ ਖਿਡਾਰੀ ਦੇਵੀ ਜਲ ਸੀਪੇ ਆਲ ਵਾਲੇ ਦੇ ਲੈਂਦੇ ਨੇ ਪੁਆਇੰਟ ਜਿਹੜੇ ਪਿੰਦਰਾਂ ਇਹ ਲੱਖ ਲੱਖ ਦੇ, ਐਵੇਂ ਨੀ ਉਹ ਮਿੱਤਰਾਂ ਦਾ ਜੱਗ ਉੱਤੇ ਨਾ, ਖੇਡਣਾ ਕਬੱਡੀ ਅਸੀਂ ਸ਼ੌਕ ਰੱਖਦੇ, ਐਵੇਂ ਨੀ ਉਹ ਮਿੱਤਰਾਂ ਦਾ ਜੱਗ ਉੱਤੇ ਨਾ। ਲਓ ਮੇਰੇ ਵੀਰੇ ਦੀਪਾ ਲੰਡਿਆਂ ਦਾ ਭਰਦਾ ਹੋਇਆ ਬਗਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਬਹੁਤ ਤਗੜਾ ਜੱਫਾ ਲਾਉਂਦਾ ਹੋਇਆ। ਪੁਆਇੰਟ ਮੇਰੇ ਵੀਰੇ ਲੰਡਿਆਂ ਦੀ ਟੀਮ ਦੇ ਉੱਤੇ ਜੁੜਦਾ ਹੋਇਆ। ਬਹੁਤ ਤਗੜਾ ਮੁਕਾਬਲਾ ਖੇਡਿਆ ਜਾ ਰਿਹਾ, ਪਾ ਵੀ ਨੌਜਵਾਨਾਂ ਕਬੱਡੀ। ਲੈ ਵੀ ਦਰਸ਼ਕ ਵੀਰੋ ਬੜੀ ਖੁਸ਼ੀ ਦੀ ਗੱਲ ਆ, ਮਨਜਿੰਦਰ ਸੀ ਭਾਲ ਵਾਲੀ ਆ ਕਬੱਡੀ ਕੋਚ ਦੱਸਦਾ ਵੀ ਬਿੰਦਰ ਆਪਾਂ ਇੱਕ ਮਹੀਨਾ ਜਿਹੜਾ ਫ੍ਰੀ ਕੈਂਪ ਨਾ ਜੈਮਲ ਵਾਲੇ ਗੁਰਦੁਆਰਾ ਸਾਹਿਬ ਦੀਆਂ ਗਰਾਊਂਡਾਂ ਦੇ ਵਿੱਚ ਲਾਇਆ ਕਰਾਂਗੇ। ਜਿਨ੍ਹਾਂ ਬੱਚਿਆਂ ਨੇ ਬਾਜੀ ਸਿਖਲਾਈ ਲੈਣੀ ਆ, ਉਹ ਬੱਚੇ ਆਪਾਂ ਆਪਣੇ ਨਾਂ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਕੋਲੇ ਲਿਖਾ ਦੇਣਾ ਕੇ, ਜਾਂ ਸਾਡੇ ਸਰਪੰਚ ਸਰਦਾਰ ਸੂਬਾ ਸਿੰਘ ਜੀ ਬੈਠੇ ਨੇ ਇਲਾਕੇ ਦੇ ਪਿੰਡਾਂ ਦੇ, ਚਾਹੇ ਪਿੰਡ ਦੇ ਨੌਜਵਾਨ ਜਿਨ੍ਹਾਂ ਨੇ ਬਾਜੀ ਕਬੱਡੀ ਦੀ ਸਿਖਲਾਈ ਲੈਣੀ ਆ, ਉਹਨਾਂ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਵੀ ਬਾਈ ਸਾਡਾ ਵੱਡਾ ਵੀਰ ਮਨਜਿੰਦਰ ਸਿੰਘ ਪਾਲ ਵਾਲਾ ਇੱਕ ਮਹੀਨਾ ਜਿਹੜਾ ਕੈਂਪ ਲਾਇਆ ਕਰਨਗੇ ਇੱਥੇ। ਲੈ ਵੀ ਦਰਸ਼ਕ ਵੀਰੋ ਬਾਈ ਇੱਕ ਵਾਰੀ ਤਾੜੀ ਮਾਰਦੇ ਆ ਮਨਜਿੰਦਰ ਸੀਪੇ ਦੇ ਨਾਂ ਤੇ। ਬਹੁਤ ਬਹੁਤ ਧੰਨਵਾਦ ਇਸ ਨੌਜਵਾਨ ਦਾ ਜਿਹੜਾ ਮੇਰੇ ਵੀਰੋ ਬਿਲਕੁਲ ਫ੍ਰੀ ਕੈਂਪ ਲਾ ਦੇਗਾ ਇੱਕ ਮਹੀਨਾ। ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਚੰਨ ਛੋਹ ਪਾਵਨ ਪਵਿੱਤਰ ਧਰਤੀ ਹੈ, ਜੈਮਲ ਵਾਲਾ ਸਾਡੇ ਗੁਰੂ ਸਾਹਿਬਾਨਾਂ ਦਾ ਪਰਸੋਇਆ ਹੋਇਆ ਪਿੰਡ ਹੈ ਮੇਰੇ ਵੀਰੋ। ਲਓ ਇਸ ਵੇਲੇ ਨੌਜਵਾਨ ਮੇਰੇ ਵੀਰੋ ਸਾਹਮਣੇ ਕਬੱਡੀ ਪਾਉਂਦਾ ਹੋਇਆ ਡੇਮਰੂ ਦੀ ਧਰਤੀ ਦਾ। ਲਓ ਪੁਆਇੰਟ ਜਿਹੜਾ ਸਾਡਾ ਰੁਪਿੰਦਰ ਪਦੌੜ ਵਾਲਾ ਦੱਸਦਾ ਵੀ ਸਦੌੜ ਵਾਲਾ ਨੰਬਰ ਮੇਰੇ ਵੀਰੋ ਰੇਡਰ ਦੇ ਉੱਤੇ ਜੁੜਦਾ ਹੋਇਆ। ਆ ਚੱਲਿਆ ਕਮਲ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ, ਮਾਰੂਥਲ ਦੇ ਜਾਜ ਵਰਗਾ ਖਿਡਾਰੀ ਮੇਰੇ ਵੀਰੋ ਇਸ ਵੇਲੇ ਕਬੱਡੀ ਪਾਉਂਦਾ ਹੋਇਆ। ਦੋਨੇ ਟੀਮਾਂ ਬਖਤੌਰ ਅਗਲੇ ਮੈਚ ਦੇ ਲਈ ਤਿਆਰ ਬਰ ਤਿਆਰ ਨੇ। ਰੋਡੇ ਵਰਸਜ ਬਘੇਲੇ ਵਾਲਾ ਬਹੁਤ ਤਕੜਾ ਮੁਕਾਬਲਾ ਖੇਡਿਆ ਜਾਵੇਗਾ। ਰੋਡਿਆਂ ਦੀ ਟੀਮ ਹੱਥ ਖੜਾ ਕਰੋ ਜੀ, ਰੋਡੇ ਵੀਰੇ, ਰੋਡਿਆਂ ਦੀ ਟੀਮ ਹੱਥ ਖੜਾ ਕਰੋ ਜੀ, ਰੋਡੇ ਜੱਸੂ ਆ ਗਏ ਰੋਡੇ ਬਾਈ। ਇਸੇ ਨਾਲ ਹੀ ਮੁਕਾਬਲਾ ਜੀ ਸਮਾਪਤ। ਲਓ ਜੀ ਕਰੀਏ ਪੁਆਇੰਟਾਂ ਦਾ ਵੇਰਵਾ ਸਾਂਝਾ ਆਪਾਂ ਸਾਰੇ ਦਰਸ਼ਕਾਂ ਦੇ ਨਾਲ। ਲੰਡਿਆਂ ਦੀ ਟੀਮ ਦੇ ਪੁਆਇੰਟ ਨੇ ਬਾਈ 11
ਤੇ ਡੇਮਰੂ 5.5 11 ਦੇ ਮੁਕਾਬਲੇ ਦੇ ਵਿੱਚ ਮੇਰੇ ਵੀਰੋ ਲਾਂਡੇ ਜੇਤੂ ਰਹੇ ਨੇ। ਬਖਤਾਰ ਬਾਈ ਲਾਂਡੇ ਇਹ ਜੇਤੂ ਕਰ ਲਓ ਜੀ। ਅਗਲਾ ਮੈਚ ਕਰਾਓ ਜੀ ਸ਼ੁਰੂ, ਰੋਡੇ ਵਰਸ ਚ ਬਘੇਲੇ ਵਾਲਾ ਆਓ ਜੀ ਸੈਂਟਰ ਲਾਈਨ ਦੇ ਉੱਤੇ। ਸਾਡੇ ਬਾਈ ਕੁਲਦੀਪ ਸਿੰਘ ਜੀ ਖਜ਼ਾਨਚੀ ਸਾਹਿਬ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਬੇਨਤੀ ਹੈ ਬਾਈ ਸੂਬਾ ਸਿੰਘ ਜੀ ਸਰਪੰਚ ਸਾਹਿਬ ਟੂਰਨਾਮੈਂਟ ਕਮੇਟੀ ਵੱਲੋਂ 1500 ਤੋਂ ਲੈ ਕੇ 2100 ਤੱਕ ਜਿਨ੍ਹਾਂ ਨੇ ਮੈਕਸਾ ਦਿੱਤੀ ਆ ਉਹ ਬਾਈ ਜੀ ਸਾਰੇ ਸੱਜਣ ਆਪੋ ਆਪਣੇ ਮਾਣ ਸਨਮਾਨ ਆ ਕੇ ਲੈ ਲਓ। ਜਿਨ੍ਹਾਂ ਦੇ ਮਾਣ ਸਨਮਾਨ ਰਹਿੰਦੇ ਆ ਲੈ